guru wahe guru he pranath govind ਕਿਰਪਾ ਨਿਧਾਨ ਜਗਤ ਗੁਰੂ ਹੇ ਸੰਸਾਰ ਤਾਪ ਹਰਣੈ ਕਰੁਣਾ ਮੈਂ ਸਭ ਦੁੱਖ ਹਰੋ ਹੇ ਸ਼ਰਨ ਜੋਗ ਦਿਆਲੈ ਦੀਨਾਨਾਥ ਮਾਇਆ ਕਰੋ ਸਰੀਰ ਸਵਸਥ ਕੀਣ ਸਮੇ ਸਿਮਰੰਤ ਨਾਨਕ ਰਾਮ ਦਮੋਦਰ ਮਾਧਵੇ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਦਾਨਾ ਤੁਮਰੀ ਗਨੀ ਮਨ ਗਾਰੇ ਦੀਨਨ
ਆ
ਕੀ ਬ੍ਰਤ ਪਾਲ ਕਰੈ ਨਿਤ ਜੀਵਨ ਕੀ ਬ੍ਰਤ ਸਰਗਾ ਪਾਲ ਕਰੈ ਨਿਤ ਹਿਨਨ ਕੀ ਬ੍ਰਤ ਪਾਲ ਕਰੈ ਨਿਤ ਸੰਤ ਉਬਾਰ ਗਨੀ ਮਨ ਗਾਰੈ ਸੰਤ ਉਬਾਰ ਗਨੀ ਮਨ ਗਾਰੈ ਦਿਨਨ ਕੀ ਬ੍ਰਤ ਪਾਲ ਕਰੈ ਨਿਤ ਦਿਨਨ ਕੀ ਬ੍ਰਤ ਦਿਨਨ ਕੀ ਬ੍ਰਤ ਦਿਨਨ ਕੀ ਬ੍ਰਤ ਪਾਲ ਕਰੈ ਨਿਤ ਤੇਰਾ ਏਕ ਨਾਮ ਤਾਰੇ ਸੰਸਾਰ ਮੈਂ ਇਹ ਆਸ ਇਹੋ ਤੇਰਾ ਏਕ ਨਾਮ ਤਾਰੇ ਸੰਸਾਰ ਮੈਂ ਇਹ ਆਸ ਇਹੋ ਅਰਦਾਸ ਮੈਂ ਇਹ ਆਸ ਇਹੋ ਅਰਦਾਸ ਤੇਰਾ ਏਕ ਨਾਮ ਤਾਰੇ ਤਾਨਕ ਰੂਪ ਰਹਾ ਕਰਦਾ
मैं
ਜਾਤਾ ਨਾ ਜਾਤਾ ਹਰਾਮ ਕੋ ਹਉ ਕਿਆ ਮਹ ਦੇਸਾ ਦੁਸ਼ਟ ਜੋ ਨਾਨਕ ਨੀਚ ਕਹਿ ਜਾ ਨਾਨਕ ਨੀਚ ਕਹਿ ਜਾ ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ ਜਿੱਥੇ ਕਿੱਥੇ ਮੈਨੂੰ ਲੈ ਛਡਾਈ ਸਤਿਗੁਰ ਪਿਆਰਾ ਮੇਰੇ ਨਾਲ ਹੈ ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ ਜਿੱਥੇ ਕਿੱਥੇ ਮੈਨੂੰ ਲੈ ਛਡਾਈ ਜਿੱਥੇ ਕਿੱਥੇ ਮੈਨੂੰ ਲੈ ਛਡਾਈ ਤਿਸ ਗੁਰ ਕੋ ਸੁਣਾਈ ਦਿਨ ਹਰ ਕੀ
ਸਤਿਗੁਰ ਪਿਆਰਾ ਮੇਰੇ ਨਾਲ ਹੈ, ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ, ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ, ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ। ਗੁਰ ਕੋ ਇਸ ਗੁਰ ਕੋ ਸਦ ਬਲਿਹਾਰਣੈ ਜਿਨ ਹਰ ਸੇਵਾ, ਜਿਨ ਹਰ ਸੇਵਾ ਬਣਤ ਗੁਰ ਕੋ ਸਦ ਬਲਿਹਾਰਣੈ ਜਿਨ ਹਰ ਸੇਵਾ ਬਣਤ ਬਣਾਈ, ਜਿਨ ਹਰ ਸੇਵਾ ਬਣਤ ਬਣਾਈ, ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ, ਸੋ ਸਤਿਗੁਰ ਪਿਆਰਾ ਸਾ
ਸਾਬਾਸ ਹੈ, ਸਾਬਾਸ ਹੈ, ਇਸ ਗੁਰ ਕੋ ਸਾਬਾਸ ਹੈ, ਜਿਨ ਹਰ ਗੁਰੂ ਪਿਆਰੀ ਗੁਰੂ ਦੇ ਸਤਿਕਾਰ 'ਚ ਮਿਲ ਬੈਠੀ ਸ਼ਬਦ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਸੀਸ ਪ੍ਰਾਪਤ ਕਰੇ ਸਾਧ ਸੰਗਤ ਜੀਓ, ਦਸ ਗੁਰੂ ਸਾਹਿਬਾਨ ਜੀ ਦਾ ਸਾਕਾਰ ਰੂਪ ਆਪ ਜੀ ਦੇ ਸਨਮੁਖ ਹੈ। ਧੰਨ ਧੰਨ ਸਾਡੇ ਭਾਗ ਹਨ। ਆਓ ਗੁਰੂ ਕਾ ਨਾਰਾ ਬੁਲੰਦ ਕਰੀਏ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਹਾਂਪੁਰਖ ਜੀ ਆਇਆਂ ਨੂੰ, ਸਮਾਂ ਸੰਦਰਭ ਹੈ ਆਪ ਜੀ ਦਾ, ਆਪ ਜਾਣਦੇ ਹੋ। ਤੀਸਰਾ ਘੱਲੂਘਾਰਾ ਜੂਨ 1984, ਜ਼ਾਲਮ ਸਰਕਾਰ ਦਾ ਭਿਆਨਕ ਖਤਰਨਾਕ ਪੰਜਾ, ਬੇਹੁਰਮਤੀ
ਗੁਰਦੁਆਰੇ ਸਾਹਿਬਾਨਾਂ ਦੀ, ਸੱਚਖੰਡ ਸਾਹਿਬ ਦੀ, ਅਤੇ ਫਿਰ ਕੁਰਬਾਨੀ ਅਤੇ ਜ਼ੁਲਮ ਦਾ ਟਾਕਰਾ, ਦਮਦਮੀ ਟਕਸਾਲ ਦੇ 14ਵੇਂ ਮਹਾਂਪੁਰਖ ਸੰਤ ਗਿਆਨੀ ਮੱਤੇ ਮੁਜਾਇਜ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ, ਉਹਨਾਂ ਦਾ ਇਹ 35ਵਾਂ ਸਾਲ ਇਹ ਦੁੱਖ ਹੰਡਾਉਂਦਿਆਂ ਨੂੰ ਸੰਗਤ ਨੂੰ ਹੋ ਗਿਆ। ਮਹਾਂਪੁਰਖਾਂ ਨੇ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਮੁਖੀ ਦਮਦਮੀ ਟਕਸਾਲ, ਜਿਨ੍ਹਾਂ ਨੇ ਪਰਉਪਕਾਰ ਕਰਕੇ ਇਲਾਕੇ 'ਤੇ ਮਹਾਨ ਮਹਾਨ ਟਕਸਾਲ ਦੀ ਪਰੰਪਰਾ ਮੁਤਾਬਕ ਤੁਹਾਡੇ ਮਨ ਦੇ ਦੁੱਖ ਤਕਲੀਫਾਂ ਨੂੰ ਪਨਪਦਿਆਂ, ਤੁਹਾਡੇ ਦਰਦ ਨੂੰ ਮਹਿਸੂਸ ਕਰਦਿਆਂ, ਟਕਸਾਲ ਹਮੇਸ਼ਾ ਹਮੇਸ਼ਾ ਆਪਣੀ ਜ਼ਿੰਮੇਵਾਰੀ 'ਤੇ ਖਲੋਤੀ ਹੈ। ਇਹਨਾਂ ਸਭਨਾਂ ਕਾਰਜਾਂ ਦੀ ਪੂਰਤੀ ਲਈ ਅਪ੍ਰੈਲ ਦਾ ਮਹੀਨਾ ਗੁਰਦਾਸਪੁਰ ਜ਼ਿਲ੍ਹੇ 'ਚ, ਮਈ ਦਾ ਮਹੀਨਾ ਮਿਹਤੇ ਪਿੰਡ ਦੇ ਇਰਦ ਗਿਰਦ ਦੇ ਪਿੰਡਾਂ 'ਚ ਦੀਵਾਨ ਸਜਾ ਕੇ ਇੱਕ ਸ਼ਹੀਦੀ ਸਮਾਗਮਾਂ ਦੀ, ਗੁਰਮਤ ਸਮਾਗਮਾਂ ਦੀ ਲੜੀ ਚਲਾ ਕੇ, ਅਤੇ ਇਹ ਯਾਦ, ਇਹ ਸ਼ਰਧਾਂਜਲੀ, ਇਹ ਸਹਾਨੁਭੂਤੀ ਦਰਸਾਈ ਜਾ ਰਹੀ ਹੈ। ਆਵੋ ਬਾਕੀ ਵਿਚਾਰਾਂ ਗੁਰਮਤਿ ਕਾਲਜ ਦੀਆਂ 6 ਜੂਨ ਦੀਆਂ, 20 ਮਈ ਦੀ ਮੀਟਿੰਗ ਦੀਆਂ, 30 ਮਈ ਦੀ ਮੀਟਿੰਗ ਦੀਆਂ ਫਿਰ ਵਿਚਾਰ ਕਰਾਂਗੇ। ਮਹਾਂਪੁਰਖਾਂ ਦਾ ਇੱਕ ਵਾਰ ਫਿਰ ਮੈਂ ਅਭਿਨੰਦਨ ਕਰਦਿਆਂ, ਸਤਿਕਾਰ ਕਰਦਿਆਂ, ਜੀਉ ਆਇਆਂ ਕਹਿੰਦਿਆਂ, ਉਹਨਾਂ ਦੇ ਚਰਨਾਂ 'ਚ ਬੇਨਤੀ ਕਰਾਂਗਾ। ਮਹਾਂਪੁਰਖ ਆਏ ਨੇ, ਸੰਗਤ ਨੂੰ ਨਵਾਜਿਆ, ਹੁਣ ਆਪਣੀ ਰਸਨਾ ਤੋਂ ਪਾਵਨ ਪਵਿੱਤਰ ਗੁਰ ਇਤਿਹਾਸ ਸਰਵਣ ਕਰਾ ਕੇ ਸੰਗਤ ਨੂੰ ਕਿਰਤਾਰਤ ਕਰਨ, ਤਾਂ ਕਿ ਅਸੀਂ ਦੁਨਿਆਵੀ ਜੀਵ ਅਧਿਆਤਮਿਕ ਦੇ ਇਸ ਉਚੇਰੇ ਮਾਰਗ 'ਤੇ ਚੱਲ ਕੇ ਕੁਝ ਨਾ ਕੁਝ ਪ੍ਰਾਪਤੀਆਂ ਕਰ ਸਕੀਏ। ਮਹਾਂਪੁਰਖਾਂ ਦੇ ਚਰਨਾਂ 'ਚ ਬੇਨਤੀ, ਆਗਿਆ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰ ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ, ਸਿਮਰੋ ਅੰਗਦ ਦੋਖ ਨਿਕੰਦਨ, ਅਮਰਦਾਸ ਗੁਰ ਹਿਰਦੈ ਧਿਆਵੋ, ਗੁਰ ਹਿਰਦੈ ਧਿਆਵੋ, ਸ੍ਰੀ ਗੁਰੂ ਰਾਮਦਾਸ ਗੁਣ ਗਾਵੋ, ਸ੍ਰੀ ਅਰਜਨ ਬਿਗਨਨ ਕੇ ਨਾਸਕ, ਬਿਗਨਨ ਕੇ ਨਾਸਕ, ਹਰ ਗੋਬਿੰਦ ਸੁਭ ਸੁਮਤ ਪ੍ਰਕਾਸ਼ਕ, ਸ੍ਰੀ ਹਰ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ, ਗੁਰ ਹਰ ਕ੍ਰਿਸ਼ਨ ਮਨਾਏ
ਬਹੋਰੀ ਤੇਗ ਬਹਾਦਰ ਪਰਮ ਕਿਰਪਾਲ ਪਰਮ ਕਿਰਪਾਲ ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲ ਤਰੋਂ ਤਰ ਪਰ ਪੂਨ ਪੂਨ ਸੀਸਾ ਪੂਨ ਪੂਨ ਸੀਸਾ ਬੰਦੋ ਬਾਰ ਬਾਰ ਜਗਦੀਸਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਦਿਨ ਜੀਤੇ ਪੰਚ ਵਿਕਾਰ ਤਿੰਨ ਸੰਤਨ ਕਾ ਬੰਦਨਾ ਸਿਰ ਚਰਨਨ ਪਰਤਾਰ ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਇ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਫਿਰ ਨਾ ਬਹਿਲ ਨਾਮ ਇੱਕ ਚੰਗਾ ਤ੍ਰਿਤੀਓ ਜੇਠਾ ਮਿਲ ਕਰ ਸੰਗਾ ਫਿਰ ਨਾ ਬਹਿਲ ਨਾਮ ਇੱਕ ਚੰਗਾ ਪਰਮ ਸਨਮਾਨ ਜੋ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਰਬੱਤ ਸੰਗਤਾਂ ਬਹੁਤ ਬਹੁਤ ਵੱਡਿਆਂ ਭਾਗਾਂ ਵਾਲੇ ਹੋ ਜਿਨ੍ਹਾਂ ਨੂੰ ਗਰੀਬ ਨਿਵਾਜ ਦਸਾਂ ਪਾਤਸ਼ਾਹੀਆਂ ਦੇ ਪਾਵਨ ਪ੍ਰਤੱਖ ਸਰੂਪ ਤਖ਼ਤ ਚਬਰ ਛਤਰ ਦੇ ਮਾਲਕ ਸਤਿਗੁਰੂ ਲੋਕ ਪ੍ਰਲੋਕ ਦੀਆਂ ਬਖਸ਼ਿਸ਼ਾਂ ਦੇ ਦਾਤੇ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਰਮ ਪਵਿੱਤਰ ਹਜ਼ੂਰੀ ਵਿਖੇ ਨਗਰ ਅਰਜਨ ਮਾਂਗਾ ਥੇ ਮਾਂਗਾ ਜਗਤ ਮਾਂਗਾ ਇਹਨਾਂ ਸਮੁੱਚੇ ਨਗਰਾਂ ਦੀਆਂ ਸੰਗਤਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਪਾਵਨ ਪਵਿੱਤਰ ਮਹਾਨ ਅਸਥਾਨ ਉੱਤੇ ਜਿਸ ਅਸਥਾਨ 'ਤੇ ਮਹਾਨ ਤਪਸਵੀ ਮਹਾਤਮਾ ਨੇ ਪਰਮੇਸ਼ਰ ਦੀ ਭਗਤੀ ਕੀਤੀ ਇਸ ਪਾਵਨ ਪਵਿੱਤਰ ਗੁਰਦੁਆਰਾ ਸਾਹਿਬ ਵਿਖੇ ਹਰ ਸਾਲ ਦੀ ਤਰ੍ਹਾਂ ਇੱਕ ਰੋਜ਼ਾ 6 ਜੂਨ 1984 ਦੇ ਘੱਲੂਘਾਰੇ ਦੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਇਹਨਾਂ ਸ਼ਹੀਦੀ ਸਮਾਗਮਾਂ ਦੇ ਅੰਦਰ ਆਪ ਜੀ ਨੂੰ
ਹਾਜ਼ਰੀਆਂ ਭਰਨ ਦਾ, ਸਤਸੰਗਤ ਕਰਨ ਦਾ, ਮਨੁੱਖਾ ਜੀਵਨ ਦੀਆਂ ਘੜੀਆਂ ਨੂੰ ਸਫਲ ਕਰਨ ਦਾ ਸੋਭ ਸੁਭਾਗਾ ਸਮਾਂ ਪ੍ਰਾਪਤ ਹੋ ਰਿਹਾ ਹੈ। ਆਪ ਜੀ ਨੇ ਜਥੇ ਦੇ ਸਿੰਘਾਂ ਤੋਂ ਗੁਰਬਾਣੀ ਦਾ ਬਹੁਤ ਹੀ ਰਸ ਭਿੰਨਾ ਕੀਰਤਨ ਸਰਵਣ ਕੀਤਾ ਹੈ। ਆਓ ਸਾਧ ਸੰਗਤ ਜੀ, ਜੂਨ 1984 ਦੇ ਘੱਲੂਘਾਰੇ ਦੇ ਮਹਾਨ ਸ਼ਹੀਦਾਂ ਦੀ, ਮਹਾਂਪੁਰਖਾਂ ਦੀ ਯਾਦ ਵਿੱਚ ਇਹਨਾਂ ਸ਼ਹੀਦੀ ਦੀਵਾਨਾਂ ਅੰਦਰ ਮਨ ਬਿਰਤੀ ਨੂੰ ਇਕਾਗਰ ਕਰਕੇ ਆਪ ਸੰਗਤਾਂ ਸਤਿਗੁਰਾਂ ਦੇ ਪਾਵਨ ਪਰਮ ਪਵਿੱਤਰ ਗੁਰੂ ਇਤਿਹਾਸ ਦੀ ਕਥਾ ਸਰਵਣ ਕਰੋ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਤਿੰਨ ਸਿੱਖ ਆਏ ਹੈ, ਇੱਕ ਭਾਈ ਫਿਰਨਾ, ਦੂਜਾ ਬਹਿਲ, ਤੀਜਾ ਭਾਈ ਜੇਠਾ। ਇਹਨਾਂ ਸਿੱਖਾਂ ਉੱਤੇ ਸਤਿਗੁਰੂ ਮਹਾਰਾਜ ਜੀ ਕਿੰਨੀ ਵੱਡੀ ਕਿਰਪਾ ਔਰ ਮਿਹਰ ਅਤੇ ਬਖਸ਼ਿਸ਼ ਕਰ ਰਹੇ ਹਨ, ਅਤੇ ਵਾਹਿਗੁਰੂ ਨਾਮ ਦੀ ਮਹਾਨ ਮਹਿਮਾ ਆਪਾਂ ਨੂੰ ਕਿਰਪਾ ਕਰਕੇ ਸਤਿਗੁਰੂ ਜੀ ਦਿਣਾ ਰਹੇ ਹੈ। ਮਨ ਬਿਰਤੀ ਨੂੰ ਇਕਾਗਰ ਕਰਕੇ ਆਪ ਸੰਗਤਾਂ ਗੁਰ ਇਤਿਹਾਸ ਦੀ ਕਥਾ ਸਰਵਣ ਕਰੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਿਰਨਾ ਬਹਿਲ ਨਾਮ ਇੱਕ ਚੰਗਾ, ਇੱਕ ਭਾਈ ਫਿਰਨਾ, ਦੂਜਾ ਬਹਿਲ, ਇਹ ਚੰਗੇ ਨਾਮ ਵਾਲੇ ਸਿੱਖ ਜਿਨ੍ਹਾਂ ਦਾ ਬੜਾ ਸਨਮਾਨ ਔਰ ਸਤਿਕਾਰ ਹੈ, ਚੰਗੇ ਪਵਿੱਤਰ ਜੀਵਨ ਵਾਲੇ ਕਰਨੀ ਵਾਲੇ ਸਿੱਖ ਹਨ। ਇਹ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਸ਼ਨ ਕਰਨ ਵਾਸਤੇ ਆਏ ਹੈ। ਤ੍ਰਿਤੀਓ ਜੇਠਾ ਮਿਲ ਕਰ ਸੰਗਾ, ਤੀਜਾ ਜੇਠਾ ਸਿੱਖ ਹੈ, ਇਹ ਤਿੰਨੇ ਮਿਲ ਕੇ ਸਤਿਗੁਰੂ ਜੀ ਦੇ, ਧੰਨ ਗੁਰੂ ਅਰਜਨ ਦੇਵ ਜੀ ਦੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਦਰਸ਼ਨ ਕਰਨ ਆਏ ਹਨ। ਸ੍ਰੀ ਗੁਰ ਪੱਗ ਕੋ ਬੰਧਨ ਧਾਰੀ, ਸਤਿਗੁਰੂ ਜੀ ਦੇ ਚਰਨਾਂ ਉੱਤੇ ਇਹਨਾਂ ਨੇ ਆ ਕੇ ਬੜੀ ਸ਼ਰਧਾ ਨਾਲ, ਭਾਵਨਾ ਨਾਲ ਹਜ਼ੂਰ ਨੂੰ ਮੱਥਾ ਟੇਕਿਆ, ਨਮਸਕਾਰ ਕੀਤੀ ਹੈ। ਜੋਰ ਹੱਥ ਨਿਜ ਅਰਜ ਗੁਜਾਰੀ, ਹੱਥ ਜੋੜ ਕੇ ਇਹਨਾਂ ਨੇ ਆਪਣੀ ਨਿੱਜੀ ਬੇਨਤੀ, ਜੋ ਇਹਨਾਂ ਦੇ ਮਨ ਵਿੱਚ ਕੋਈ ਖਿਆਲ ਸੀ, ਕੋਈ ਇਹਨਾਂ ਦੇ ਮਨ ਵਿੱਚ ਸੰਕਲਪ ਫੁਰਿਆ, ਉਸ ਬਾਰੇ ਹਜ਼ੂਰ ਨੂੰ ਬੇਨਤੀ ਕੀਤੀ ਹੈ। ਗੁਰੂ ਗਰੀਬ ਨਿਵਾਜ ਬਤਾਵੋ, ਇਹ ਗਰੀਬਾਂ ਨੂੰ ਨਿਵਾਜਣ ਵਾਲੇ ਸਤਿਗੁਰੂ, ਕਿਰਪਾ ਕਰਕੇ ਸਾਨੂੰ ਇਹ ਆਪਣੇ ਪਾਵਨ ਪਵਿੱਤਰ ਮੁਖਾਰ ਬਿੰਦ ਤੋਂ, ਜੋ ਗੁਰੂ ਘਰ ਦਾ ਮਹਾਨ ਸਿਧਾਂਤ ਹੈ, ਜੋ ਅਸੀਂ ਪੁੱਛਣਾ ਚਾਹੁੰਦੇ ਹਾਂ, ਨਿਰਣਾ ਕਰਕੇ ਸਾਨੂੰ ਦੱਸਣਾ ਕਰੋ। ਹਮਰੇ ਔਰ ਸੰਦੇਹ ਮਿਟਾਵੋ, ਸਾਡੇ ਹਿਰਦੇ ਦਾ ਇੱਕ ਬੜਾ ਭਾਰੀ ਸੰਦੇਹ ਹੈ ਸਾਡੇ ਮਨ ਵਿੱਚ, ਔਰ ਬੜੀ ਭਾਰੀ ਸੰਸਾ ਸਾਡੇ ਹਿਰਦੇ ਨੂੰ ਬਣਿਆ ਹੋਇਆ ਹੈ, ਇਹ ਕਿਰਪਾ ਕਰਕੇ ਸਾਡਾ ਮੇਟਣਾ ਕਰੋ, ਦੂਰ ਕਰਨਾ ਕਰੋ। ਕੀਤਕ ਸਿਮਰਹਿ ਰਾਮ ਸੋ ਨਾਮ, ਮਹਾਰਾਜ ਕੀ ਖਿਆਲ ਹੈ ਕਿ ਕਿੰਨੇ ਕੁ ਲੋਕ ਪਰਮੇਸ਼ਰ ਦਾ ਨਾਮ ਸਮਝ ਕੇ ਰਾਮ 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 ਦੀ ਮਾਲਾ ਫੇਰਦੇ ਹੈ, ਰਾਮ ਰਾਮ ਦਾ ਜਾਪ ਕਰਦੇ ਹੈ, ਰਾਮ ਰਾਮ ਨਾਮ ਨੂੰ ਜਪਦੇ ਹਨ। ਕੀਤਕ ਕ੍ਰਿਸ਼ਨ ਹਰੇ ਕਨ ਸ਼ਾਮ, ਕਿੰਨੇ ਕੁ ਹਰੇ ਕ੍ਰਿਸ਼ਨ ਹਰੇ ਕ੍ਰਿਸ਼ਨ ਹਰੇ ਕ੍ਰਿਸ਼ਨਾ ਹਰੇ ਕ੍ਰਿਸ਼ਨਾ
ਔਰ ਕਈ ਘਨ ਸਿਆਮ ਇਹਨਾਂ ਨਾਮਾਂ ਨੂੰ ਜਪਦੇ ਹਨ। ਕੇਚਿਤ ਓਵੰ ਕੇਚਿਤ ਸੋਹੰ, ਜੋਗੀ ਲੋਕ ਕਿੰਨੇ ਕੁ ਓਵੰ ਓਵੰ ਦਾ ਜਾਪ ਕਰਦੇ ਹੈ, ਕਿੰਨੇ ਕੁ ਸੋਹੰ ਸੋਹੰ ਦਾ ਨਾਮ ਜਪਦੇ ਹਨ। ਸਿਮਰੈ ਨਾਮ ਪਰਮਗਤ ਹੋਹੰ, ਇਹ ਸਾਨੂੰ ਭਰੋਸਾ ਹੈ ਕਿ ਜਿਹੜਾ ਪਰਮੇਸ਼ਰ ਦਾ ਨਾਮ ਸਿਮਰੇਗਾ ਨਾ, ਪ੍ਰਭੂ ਦੀ ਭਗਤੀ ਕਰੇਗਾ, ਨਾਮ ਜਪੇਗਾ, ਉਸ ਨੂੰ ਪਰਮ ਗਤੀ ਕਲਿਆਣ ਦੀ ਦਾਤ ਜ਼ਰੂਰ ਪ੍ਰਾਪਤ ਹੋਵੇਗੀ, ਭਾਵ ਨਾਮ ਜਪਣ ਵਾਲਾ ਮੁਕਤ ਹੋ ਜਾਂਦਾ ਹੈ ਜਿਹੜਾ ਪਰਮੇਸ਼ਰ ਦਾ ਨਾਮ ਜਪਦਾ ਹੈ। ਹਮਕੋ ਉਚਿਤ ਕੌਣ ਮੁਖ ਜਾਪਨ, ਇਹ ਜਿਹੜੇ ਜਾਪ ਹਨ, ਕੋਈ ਰਾਮ ਰਾਮ, ਕੋਈ ਕ੍ਰਿਸ਼ਨ ਕ੍ਰਿਸ਼ਨ, ਹਰੇ ਕ੍ਰਿਸ਼ਨ, ਕੋਈ ਘਨ ਸਿਆਮ, ਕੋਈ ਓਵੰ, ਕੋਈ ਸੋਹੰ, ਕੋਈ ਗੋਬਿੰਦ, ਕੋਈ ਮੁਰਾਰੀ, ਸਾਰੇ ਜਿੰਨੇ ਵੀ ਨਾਮ ਜਪਦੇ ਹੈ, ਇਹਨਾਂ ਨਾਮਾਂ ਵਿੱਚੋਂ ਕਿਹੜਾ ਮੁੱਖ ਨਾਮ ਸਾਨੂੰ ਜਪਣਾ ਚਾਹੀਦਾ, ਸਾਨੂੰ ਕਿਹੜੇ ਨਾਮ ਦਾ ਜਾਪ ਕਰਨ ਦਾ, ਕਿਹੜੇ ਨਾਮ ਦੀ ਬੰਦਗੀ ਕਰਨ ਦਾ, ਕਿਹੜੇ ਨਾਮ ਦਾ ਭਜਨ ਕਰਨ ਦਾ, ਕਿਹੜੇ ਨਾਮ ਦਾ ਸਿਮਰਨ ਕਰਨ ਦਾ, ਗਰੀਬ ਨਵਾਜ ਆਪ ਜੀ ਦਾ ਹੁਕਮ ਹੈ। ਉਪਦੇਸੋ ਸਤਿਗੁਰ ਅੱਗ ਖਾਪਨ, ਪਾਪਾਂ ਨੂੰ ਨਾਸ਼ ਕਰਨ ਵਾਲੇ ਸਤਿਗੁਰੂ ਸਾਨੂੰ ਕਿਰਪਾ ਕਰਕੇ ਆਪਣੇ ਪਾਵਨ ਮੁਖਾਰ ਬਿੰਦ ਤੋਂ ਉਪਦੇਸ਼ ਦੇਣਾ ਕਰੋ। ਸੰਗਤ ਜੀ, ਇਹ ਬਚਨ ਬੜੀ ਇਕਾਗਰਤਾ ਔਰ ਧਿਆਨ ਨਾਲ ਸੁਣਨ ਵਾਲੇ ਹੈ, ਆਪਣੇ ਮਨ ਵਿੱਚ ਵੀ ਬੜੀ ਸ਼ੰਕਾ ਬਣੀ ਰਹਿੰਦੀ ਹੈ, ਇਸ ਕਰਕੇ ਇਹ ਸਤਿਗੁਰੂ ਜੀ ਦਾ ਜਿਹੜਾ ਸਿਧਾਂਤ ਹੈ, ਜਿੱਥੇ ਉਹਨਾਂ ਸਿੱਖਾਂ ਦੀ ਸ਼ੰਕਾ ਮੇਟਦਾ, ਉੱਥੇ ਸਾਡੀ ਵੀ ਨਾਲ ਨਾਲ ਮਿਟ ਰਹੀ ਹੈ, ਸਾਡੀਆਂ ਵੀ ਸ਼ੰਕਾਵਾਂ ਦੂਰ ਹੋ ਰਹੀਆਂ ਹਨ। ਇਸ ਕਰਕੇ ਮਹਾਰਾਜ ਆਪਣੇ ਮੁਖਾਰ ਬਿੰਦ ਤੋਂ, ਹੇ ਪਾਪਾਂ ਨੂੰ ਨਾਸ ਕਰਨ ਵਾਲੇ ਸਤਿਗੁਰੂ, ਬਚਨ ਕਰਨਾ ਕਰੋ, ਦੱਸਣਾ ਕਰੋ। ਸੁਣ ਸ੍ਰੀ ਮੁਖ ਤੇ ਹੁਕਮ ਬਖਾਨਾ, ਪਾਵਨ ਮੁਖਾਰ ਬਿੰਦ ਤੋਂ ਸਤਿਗੁਰੂ ਜੀ ਨੇ ਇਹਨਾਂ ਦੇ ਬੇਨਤੀ ਕਰਨ ਤੋਂ ਹੁਕਮ ਕੀਤਾ ਹੈ। ਸਿਮਰੋ ਵਾਹਿਗੁਰੂ ਦੁੱਖ ਹਾਨਾ, ਆਖੋ ਭਾਈ ਵਾਹਿਗੁਰੂ, ਗੁਰਸਿੱਖੋ ਤੁਸੀਂ ਵਾਹਿਗੁਰੂ ਨਾਮ ਸਿਮਰਿਆ ਕਰੋ, ਵਾਹਿਗੁਰੂ ਨਾਮ ਦਾ ਜਾਪ ਕਰਿਆ ਕਰੋ, ਵਾਹਿਗੁਰੂ ਨਾਮ ਦਾ ਭਜਨ ਕਰਿਆ ਕਰੋ, ਵਾਹਿਗੁਰੂ ਨਾਮ ਦੀ ਬੰਦਗੀ ਕਰਿਆ ਕਰੋ, ਵਾਹਿਗੁਰੂ ਨਾਮ ਦੀ ਭਗਤੀ ਕਰਿਆ ਕਰੋ। ਇਹੀ ਸਾਰੇ ਦੁੱਖਾਂ ਨੂੰ ਨਾਸ਼ ਕਰਨ ਵਾਲਾ ਹੈ, ਮੇਟਣ ਵਾਲਾ ਹੈ। ਤਰੀ ਨੀਰ ਕੇ ਤੀਰ ਉਤਾਰ, ਮਹਾਰਾਜ ਜੀ ਬੜਾ ਸੋਹਣਾ ਪ੍ਰਮਾਣ ਦੇ ਰਹੇ ਆ ਉਦਾਹਰਣ ਦੇ ਰੂਪ ਵਿੱਚ, ਜਿਵੇਂ ਨਦੀ ਤੋਂ ਪਾਰ ਕਰਨ ਵਾਸਤੇ ਬੇੜੀ ਵਿੱਚ ਸ਼ਕਤੀ ਹੁੰਦੀ ਹੈ ਕਿ ਜਿੰਨੀਆਂ ਵੀ ਬੇੜੀਆਂ ਹੁੰਦੀਆਂ ਉਹ ਸਾਰੀਆਂ ਬੰਦੇ ਨੂੰ ਨਦੀ ਤੋਂ ਪਾਰ ਕਰ ਦਿੰਦੀਆਂ ਹਨ। ਇਸ ਬਿਧ ਕੀ ਸ਼ਕਤੀ ਸਭ ਧਾਰੈ, ਇਸ ਤਰ੍ਹਾਂ ਦੀ ਸਾਰੇ ਨਾਮਾਂ ਵਿੱਚ ਹੀ ਪਰਮੇਸ਼ਰ ਨੇ ਸ਼ਕਤੀ ਧਾਰਨ ਕਰਵਾਈ ਹੈ, ਜਾਂ ਇਉਂ ਕਹਿ ਲਓ ਪਰਮੇਸ਼ਰ ਦਾ ਕੋਈ ਵੀ ਨਾਮ ਹੈ ਨਾ ਜਿਹੜਾ ਵਾਹਿਗੁਰੂ ਦਾ, ਸਾਰੇ ਨਾਮਾਂ ਵਿੱਚ ਇਹ ਸ਼ਕਤੀ ਹੈ, ਪਰਮੇਸ਼ਰ ਦੇ ਨਾਮਾਂ ਵਿੱਚ ਇਹ ਬਰਕਤ ਹੈ ਕਿ ਜਿਵੇਂ ਸਾਰੀਆਂ ਬੇੜੀਆਂ ਨਦੀ ਤੋਂ ਪਾਰ ਕਰ ਦਿੰਦੀਆਂ ਕੋਈ ਵੀ ਹੋਵੇ ਭਾਵੇਂ, ਇਸੇ ਤਰ੍ਹਾਂ ਨਾਮ ਵਿੱਚ ਵੀ ਇਹ ਸ਼ਕਤੀ ਹੈ, ਪਰਮੇਸ਼ਰ ਦਾ ਨਾਮ ਕੋਈ ਵੀ ਜਪੇ। ਦੇਖੋ ਸੰਗਤ ਜੀ, ਗੁਰੂ ਘਰ ਦੇ ਵਿੱਚ ਕਿਸੇ ਦੀ ਨਿੰਦਿਆ ਨਹੀਂ, ਕਿਸੇ ਨੂੰ ਨੀਵਾਂ ਨਹੀਂ ਵਿਖਾਇਆ, ਕਿਸੇ ਦੀ ਸ਼ਰਧਾ ਨੂੰ, ਵਿਸ਼ਵਾਸ ਨੂੰ, ਅਕੀਦੇ ਨੂੰ
ਭਰੋਸੇ ਨੂੰ ਸਤਿਗੁਰੂ ਮਹਾਰਾਜ ਜੀ ਨੇ ਠੇਸ ਨਹੀਂ ਪਹੁੰਚਾਈ, ਕੋਈ ਨੁਕਤਾਚੀਨੀ ਨਹੀਂ ਕੀਤੀ, ਪਰ ਨਾਲ ਨਾਲ ਆਪਣਾ ਸਿਧਾਂਤ ਵੀ ਸਤਿਗੁਰੂ ਜੀ ਸਪਸ਼ਟ ਕਰ ਰਹੇ ਆ ਕਿ ਗੁਰਮਤਿ ਦਾ ਕੀ ਸਿਧਾਂਤ ਹੈ, ਸਿੱਖੀ ਦੇ ਕੀ ਅਸੂਲ ਹਨ। ਇਸ ਕਰਕੇ ਮਹਾਰਾਜ ਕਹਿੰਦੇ ਭਾਈ ਨਾਮ ਵਿੱਚ ਵੀ ਇਹ ਸ਼ਕਤੀ ਹੈ, ਕੋਈ ਵੀ ਕਿਸੇ ਤਰ੍ਹਾਂ ਦਾ ਵੀ ਪਰਮੇਸ਼ਰ ਦਾ ਨਾਮ ਕੋਈ ਵੀ ਜੀਵ ਜਪਦਾ ਹੈ, ਨਾਮ ਵੀ ਇਸ ਤਰ੍ਹਾਂ ਦੀ ਸ਼ਕਤੀ ਰੱਖਦਾ ਹੈ ਜੀਵਾਂ ਨੂੰ ਪਾਰ ਕਰਨ ਦੀ। ਤਉ ਵਿਚਾਰੋ ਜਿਸ ਜੋ ਚਰਿਓ, ਪਰ ਇੱਕ ਗੱਲ ਵਿਚਾਰ ਕਰੋ, ਜਿਹੜਾ ਬੰਦਾ ਜਿਸ ਵੀ ਬੇੜੀ ਵਿੱਚ ਬੈਠਿਆ, ਜਿਸ ਬੇੜੀ ਵਿੱਚ ਚੜ ਕੇ ਉਸ ਵਿੱਚ ਬੈਠ ਗਿਆ ਹੈ, ਤਿਸੀ ਅਲੰਬ ਨਦੀ ਕੋ ਤਰਿਓ, ਉਸ ਨੂੰ ਅਲੰਬ ਨਾਮ ਹੁੰਦਾ ਆਸਰੇ ਦਾ, ਪਾਰ ਹੋਣ ਵਾਲੇ ਨੂੰ ਜਿਹੜੀ ਵੀ ਬੇੜੀ ਵਿੱਚ ਬੈਠ ਗਿਆ ਨਾ, ਉਸੇ ਬੇੜੀ ਦੇ ਆਸਰੇ ਉਹ ਨਦੀ ਨੂੰ ਪਾਰ ਕਰ ਸਕਦਾ, ਦੂਜੀ ਬੇੜੀ ਦੇ ਆਸਰੇ ਨਹੀਂ, ਜਿਹੜੀ ਵਿੱਚ ਬੈਠ ਗਿਆ ਚੜ ਕੇ ਨਾ, ਜਿਸ ਬੇੜੀ ਵਿੱਚ ਸਵਾਰ ਹੋ ਗਿਆ ਉਹ ਬੇੜੀ ਉਸ ਨੂੰ ਪਾਰ ਕਰ ਦਿੰਦੀ ਹੈ। ਥਿਮ ਪਰਮੇਸ਼ਰ ਕੇ ਸਭ ਨਾਮ, ਇਵੇਂ ਪਰਮੇਸ਼ਰ ਦੇ ਸਾਰੇ ਨਾਮ ਹੈ ਜੋ ਵਾਹਿਗੁਰੂ ਦੇ ਹੈ। ਕਰਹਿ ਪਾਰ ਸਿਮਰੇ ਉਰ ਧਾਮ, ਜਿਹੜਾ ਹਿਰਦੇ ਵਿੱਚ ਐਸੇ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਦਾ, ਪਰਮੇਸ਼ਰ ਉਹਨਾਂ ਨੂੰ ਪਾਰ ਕਰ ਦਿੰਦਾ, ਨਾਮ ਵਿੱਚ ਇਹ ਸ਼ਕਤੀ ਹੈ। ਜੋ ਸਤਿਗੁਰ ਉਪਦੇਸ਼ਨ ਕਰਿਓ, ਪਰ ਇੱਕ ਗੱਲ ਦੇਖੋ ਇੱਥੇ ਨਿਰਣਾ ਕਰ ਦਿੱਤਾ, ਜਿਹੜਾ ਸਤਿਗੁਰੂ ਨੇ ਸਾਨੂੰ ਉਪਦੇਸ਼ ਦਿੱਤਾ ਨਾ, ਜਿਸ ਬੇੜੀ ਵਿੱਚ ਸਾਨੂੰ ਬਿਠਾਇਆ, ਮਲਾਹ ਜਿਹੜੀ ਬੇੜੀ ਵਿੱਚ ਪਾਰ ਹੋਣ ਵਾਲਿਆਂ ਨੂੰ ਬਿਠਾ ਦਿੰਦਾ, ਉਹੀ ਬੇੜੀ ਨੂੰ ਲੈ ਕੇ ਅੱਗੇ ਜਾਂਦਾ, ਉਸੇ ਨੂੰ ਉਸੇ ਵਿੱਚ ਹੀ ਸਵਾਰੀਆਂ ਨੂੰ ਜੀਵਾਂ ਨੂੰ ਬਿਠਾ ਕੇ ਪਾਰ ਕਰਦਾ। ਇੱਧਰ ਗੁਰਸਿੱਖੀ ਦਾ ਬੇੜਾ ਹੈ ਜਾਂ ਬੇੜੀ ਹੈ, ਮਲਾਹ ਸਤਿਗੁਰੂ ਹੈ। ਇਸ ਕਰਕੇ ਜੋ ਉਪਦੇਸ਼ ਸਤਿਗੁਰਾਂ ਨੇ, ਉਪਦੇਸ਼ ਦਾ ਅਰਥ ਹੁੰਦਾ ਆਗਿਆ ਹੁਕਮ, ਜਾਂ ਉਪਦੇਸ਼ ਦਾ ਅਰਥ ਕਹਿ ਲਓ ਸਿੱਖਿਆ, ਜੋ ਸਤਿਗੁਰੂ ਜੀ ਨੇ ਸਾਨੂੰ ਸ਼ੁਭ ਸਿੱਖਿਆ ਦਿੱਤੀ ਹੈ ਕਿ ਗੁਰਸਿੱਖੋ ਤੁਸੀਂ ਸਿੱਖੀ ਦੀ ਬੇੜੀ ਵਿੱਚ ਬੈਠੇ ਹੋ, ਗੁਰਸਿੱਖਾਂ ਦੇ ਘਰ ਵਿੱਚ ਜਨਮ ਲਿਆ, ਵਾਹਿਗੁਰੂ ਨਾਮ ਜਹਾਜ਼ ਹੈ ਚੜ੍ਹੇ ਸੋ ਉਤਰੇ ਪਾਰ, ਤੁਸੀਂ ਸਿੱਖੀ ਦੀ ਬੇੜੀ ਵਿੱਚ ਬਹਿ ਗਏ ਹੋ, ਔਰ ਇਹ ਵਾਹਿਗੁਰੂ ਨਾਮ ਦੀ ਬੇੜੀ ਤੁਹਾਨੂੰ ਦੇ ਦਿੱਤੀ ਹੈ। ਇਸ ਕਰਕੇ ਜੋ ਸਤਿਗੁਰੂ ਜੀ ਨੇ ਉਪਦੇਸ਼ ਕੀਤਾ ਹੈ, ਆਗਿਆ ਕੀਤੀ ਹੈ, ਤਿਸ ਕੋ ਸਿਮਰ ਸਿੱਖ ਭਾਵ ਤਰਿਓ, ਸਿੱਖ ਉਸੇ ਨਾਮ ਨੂੰ ਸਿਮਰਨ ਕਰਕੇ ਜਾਪ ਕਰਕੇ ਸੰਸਾਰ ਭੌਡਲ ਤੋਂ ਤਰ ਸਕਦਾ ਹੈ। ਇਸ ਕਰਕੇ ਸੰਸਾਰ ਰੂਪ ਨਦੀ ਤੋਂ ਉਹੀ ਤਰੇਗਾ ਜਿਹੜਾ ਗੁਰੂ ਦੇ ਦਰ ਤੋਂ ਦਿੱਤੇ ਹੋਏ ਨਾਮ ਨੂੰ ਜੀਵਨ ਵਿੱਚ ਕਮਾਵੇਗਾ। ਸਾਨੂੰ ਗੁਰਸਿੱਖਾਂ ਨੇ, ਸਾਨੂੰ ਗੁਰਸਿੱਖਾਂ ਨੂੰ 10 ਗੁਰੂ ਸਾਹਿਬਾਨਾਂ ਨੇ ਵਾਹਿਗੁਰੂ ਨਾਮ ਦੀ ਦਾਤ ਦਿੱਤੀ ਹੈ, ਮੂਲ ਮੰਤਰ ਦੀ ਦਾਤ ਦਿੱਤੀ ਹੈ, ਔਰ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸਾਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਲੜ ਲਾਇਆ, ਹੁਕਮ ਕੀਤਾ ਖਾਲਸਾ ਜੀ ਤੁਹਾਡੇ ਅੱਜ ਤੋਂ ਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹਨ, ਇਹਨਾਂ ਤੋਂ ਬਿਨਾਂ ਕਿਸੇ ਨੂੰ ਗੁਰੂ ਨਹੀਂ ਮੰਨਣਾ, ਔਰ ਤੁਸੀਂ ਸਤਿਗੁਰੂ ਦੀ ਹਜ਼ੂਰੀ ਵਿੱਚ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਛਕਣਾ,
ਪੰਜਾਂ ਪਿਆਰਿਆਂ ਨੂੰ ਵੀ ਆਗਿਆ ਕਰ ਦਿੱਤੀ ਕਿ ਤੁਸੀਂ ਕਿਹੜਾ ਨਾਮ ਦੇਣਾ ਅੰਮ੍ਰਿਤ ਛਕਾ ਕੇ। ਤੁਸੀਂ ਅੰਮ੍ਰਿਤ ਵਿਲਾਖੀਆਂ ਨੂੰ ਮੂਲ ਮੰਤਰ ਅਤੇ ਵਾਹਿਗੁਰੂ ਮੰਤਰ ਦਾ ਨਾਮ ਦੇਣਾ ਔਰ ਉਹੀ ਨਾਮ ਜਪ ਕੇ, ਪਹਿਲਾਂ ਵੀ ਗੁਰਸਿੱਖਾਂ ਦੀ ਕਲਿਆਣ ਹੋਈ ਹੈ, ਹੁਣ ਵੀ ਹੋਵੇਗੀ ਆਉਣ ਵਾਲੇ ਸਮੇਂ ਵਿੱਚ ਵੀ। ਇਸ ਕਰਕੇ ਮਹਾਰਾਜ ਕਹਿੰਦੇ ਜੋ ਗੁਰੂ ਸਾਹਿਬ ਨੇ ਨਾਮ ਦਿੱਤਾ ਉਹ ਕਿਹੜਾ ਦਿੱਤਾ? ਉਹ ਵਾਹਿਗੁਰੂ ਨਾਮ ਦਿੱਤਾ। ਇਸ ਕਰਕੇ ਜਿਹੜਾ ਇਸ ਨਾਮ ਨੂੰ ਸਿਮਰੇਗਾ ਉਹ ਸੰਸਾਰ ਭੌਡਲ ਤੋਂ ਪਾਰ ਹੋ ਜਾਏਗਾ। ਭਾਵ ਵਾਹਿਗੁਰੂ ਨਾਮ ਦੀ ਬੇੜੀ ਵਿੱਚ ਜਿਹੜਾ ਬੈਠ ਗਿਆ ਉਹ ਸੰਸਾਰ ਰੂਪ ਨਦੀ ਤੋਂ ਗੁਰੂ ਰੂਪ ਸੱਚੇ ਪਾਤਸ਼ਾਹ ਮਲਾਹ ਉਸ ਨੂੰ ਪਾਰ ਕਰ ਦੇਣਗੇ। ਇੱਕ ਵਾਰ ਜੁਗ ਖੱਟ ਅਰਤੀਸ। ਹੁਣ ਸਤਿਗੁਰੂ ਜੀ ਵਾਹਿਗੁਰੂ ਨਾਮ ਦੀ ਮਹਿਮਾ ਦੱਸ ਰਹੇ ਹੈ ਕਿ ਇੱਕ ਵਾਰੀ 36 ਜੁਗਾਂ ਦਾ ਸਮਾਂ ਇਸ ਧਰਤੀ ਤੇ ਬੀਤਿਆ ਇੱਕ ਸਮੇਂ। ਧੁੰਦੂ ਕਾਰਨਾ ਪਰਜਾ ਈਸ। ਇਸ ਧਰਤੀ ਦੇ ਉੱਤੇ ਧੁੰਦ ਹੀ ਧੁੰਦ ਪੈ ਗਈ ਚਾਰੇ ਪਾਸੇ, ਅਰਬਦ ਨਰਬਦ ਧੁੰਦੂ ਕਾਰਾ, ਧਰਨ ਨਾ ਗਗਨਾ ਹੁਕਮਾ ਪਾਰਾ, ਅਕੱਠੀ ਕਥੋ ਚਿਹਨ ਨਹੀਂ ਕੋਈ, ਪੂਰ ਰਹਿਆ ਮਨ ਪਾਇੰਦਾ। ਕਹਿੰਦੇ ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਅਰਬਦ ਨਰਬਦ ਧੁੰਦੂ ਕਾਰਾ, ਸਾਰੀ ਧਰਤੀ ਤੇ ਧੁੰਦ ਦਾ ਹੀ ਆਕਾਰ ਬਣਿਆ ਹੋਇਆ ਸੀ। ਸਾਇੰਸਦਾਨ ਵੀ ਮੰਨਦੇ ਆ ਖੋਜ ਕਰਕੇ, ਅਸੀਂ ਸਾਇੰਸ ਨੂੰ ਤਰਜੀਹ ਨਹੀਂ ਦੇਣੀ, ਪਹਿਲਾਂ ਗੁਰਬਾਣੀ ਨੂੰ ਅਸੀਂ ਪਹਿਲ ਦੇਣੀ ਹੈ ਜੀਵਨ ਵਿੱਚ ਕਿ ਗੁਰੂ ਕੀ ਕਹਿ ਰਹੇ ਹੈ। ਸਾਇੰਸ ਵਾਲਿਆਂ ਦੀ ਤਾਂ ਖੋਜ ਬਾਅਦ ਵਿੱਚ ਹੋਈ ਹੈ ਨਾ, ਗੁਰਬਾਣੀ ਨਾਲੋਂ ਵੱਡੀ ਸਾਇੰਸ ਕੀ ਹੈ ਸਾਡੇ ਕੋਲ। ਇਸ ਕਰਕੇ ਇਸ ਧਰਤੀ ਦੇ ਉੱਤੇ ਧੁੰਦੂਕਾਰ ਚਾਰੇ ਪਾਸੇ ਧੁੰਦ ਹੀ ਧੁੰਦ ਫੈਲੀ ਸੀ, ਨਾ ਸੂਰਜ ਸੀ ਨਾ ਧਰਤੀ ਸੀ ਨਾ ਆਕਾਸ਼ ਸੀ ਨਾ ਪਰਜਾ ਸੀ ਨਾ ਕੋਈ ਇੱਥੇ ਰਾਜਾ ਸੀ। ਮਹਾਰਾਜ ਕਹਿੰਦੇ ਇੱਕ ਅੰਕਾਰ ਰਚਿਓ ਨਹਿ ਕੋਈ, ਇੱਕ ਪਰਮਾਤਮਾ ਨੇ ਬਿਨਾਂ ਧੁੰਦ ਤੋਂ ਹੋਰ ਕੁਝ ਵੀ ਨਹੀਂ ਰਚਿਆ ਹੋਇਆ ਸੀ, ਧੁੰਦ ਹੀ ਧੁੰਦ ਸੀ ਸਾਰੇ ਪਾਸੇ। ਸੁਨ ਸਮਾਧ ਰਹਿ ਸਭ ਕੋਈ, ਪਰਮਾਤਮਾ ਵੀ ਉਹ ਫੁਰ ਸਮਾਧੀ ਦੇ ਵਿੱਚ ਬੈਠਾ ਹੋਇਆ ਸੀ, ਉਹਨੂੰ ਵੀ ਕੋਈ ਫੁਰਨਾ ਨਹੀਂ ਫੁਰ ਰਿਹਾ ਸੀ ਆਪਣੀ ਇੱਛਾ ਦੁਆਰਾ। ਨਹੀਂ ਆਕਾਰ ਕਸ਼ੂ ਪ੍ਰਗਟਾਇਓ, ਉਹਨੇ ਕੋਈ ਆਕਾਰ ਧਰਤੀ ਦਾ ਵਜੂਦ ਹੋਂਦ ਆਦਿਕ ਕਿਸੇ ਤਰ੍ਹਾਂ ਦੀ ਵੀ ਸੰਸਾਰ ਉੱਤੇ ਪੈਦਾ ਨਾ ਕੀਤੀ, ਪ੍ਰਗਟ ਨਹੀਂ ਕੀਤਾ, ਬਣਾਇਆ ਨਹੀਂ। ਰਹਿਓ ਗੁਬਾਰ ਈਸ ਇਮ ਪਾਇਓ, ਈਸ਼ ਵਾਹਿਗੁਰੂ ਨੂੰ ਐਵੇਂ ਪਾਉਂਦਾ ਸੀ ਕਿ ਚਾਰੇ ਪਾਸੇ ਧੁੰਦ ਦਾ ਹੀ ਗੁਬਾਰ ਹਨੇਰਾ ਛਾਇਆ ਹੋਇਆ ਸੀ ਗਾੜਾ। ਨੌ ਨੌ ਯੁਗ ਮਹਿ ਇੱਕ ਇੱਕ ਵਰਨੰ, ਨੌ ਨੌ ਯੁਗਾਂ ਵਿੱਚ ਇੱਕ ਇੱਕ ਅੱਖਰ ਦਾ, ਨੌ ਯੁਗ ਵਿੱਚ ਵਾਹੇ ਅੱਖਰ ਦਾ, ਉਸ ਤੋਂ ਅਗਲੇ ਨੌ ਯੁਗਾਂ ਵਿੱਚ ਹਾਹੇ ਅੱਖਰ ਦਾ, ਉਸ ਤੋਂ ਅਗਲੇ ਯੁਗ ਦੇ ਵਿੱਚ ਗੱਗੇ ਅੱਖਰ ਦਾ, ਉਸ ਤੋਂ ਅਗਲੇ ਨੌ ਯੁਗਾਂ ਵਿੱਚ ਰਾਰੇ ਅੱਖਰ ਦਾ, ਇਹ ਵੀ 36 ਯੁਗ ਹੋ ਗਏ। 36 ਯੁਗ ਵਰਤੇ ਗੁਬਾਰੈ, ਤਾੜੀ ਲਾਈ ਅਪਰ ਅਪਾਰੈ, ਇਹ ਸਾਰਾ ਗੁਰਬਾਣੀ ਵਿੱਚ ਵੀ ਜ਼ਿਕਰ ਆਇਆ। ਨੌ ਨੌ ਯੁੱਗਾਂ ਵਿੱਚ ਇੱਕ ਇੱਕ ਅੱਖਰ ਜੋ ਸੀ ਵਾਹਿਗੁਰੂ ਨਾਮ ਵਾਲਾ। ਸ੍ਰੀ ਨਾਨਕ ਚੌਂਕੋ ਇੱਕ ਕਰਨ, ਪਰਮਾਤਮਾ ਨੇ ਇੱਕ ਇੱਕ ਅੱਖਰ ਦਾ ਨਾਮ ਜਪਿਆ, ਭਾਵ ਇਹ ਨਾਮ ਬਣਾਇਆ, ਇਹ ਵਾਹਿਗੁਰੂ ਸ਼ਬਦ
ਪਰਮਾਤਮਾ ਅਕਾਲ ਪੁਰਖ ਦਾ ਬਣਾਇਆ ਹੋਇਆ ਨਾਮ ਹੈ, ਕਿਸੇ ਵਿਅਕਤੀ ਦਾ ਨਾਮ ਨਹੀਂ। ਕਿ ਪਰਮਾਤਮਾ ਨੇ ਆਪ ਆਪਣੀ ਮੌਜ ਵਿੱਚ ਸੁਨ ਸਮਾਧੀ ਵਿੱਚ ਅਫੁਰ ਸਮਾਧੀ ਵਿੱਚ ਨੌ ਯੁਗ ਵਾਹੇ ਅੱਖਰ ਦਾ, ਨੌ ਯੁਗ ਹਾਹੇ ਅੱਖਰ ਦਾ, ਨੌ ਯੁਗ ਗੱਗੇ ਅੱਖਰ ਦਾ, ਨੌ ਯੁਗੀ ਰਾੜੇ ਅੱਖਰ ਦਾ, ਇਹ 36 ਯੁਗ ਬਣ ਗਏ। 9 × 18, 18 × 36। ਇਉਂ ਸਾਧ ਸੰਗਤ ਜੀ 36 ਯੁਗਾਂ ਵਿੱਚ ਵਾਹਿਗੁਰੂ ਨੇ ਇੱਕ ਇੱਕ ਅੱਖਰ ਬਣਾਇਆ ਔਰ ਇੱਕ ਇੱਕ ਅੱਖਰ ਦਾ ਜਾਪ ਜਪਿਆ, ਇੱਕ ਇੱਕ ਅੱਖਰ ਦਾ 9 ਯੁਗ ਦੇ ਵਿੱਚ ਸਿਮਰਨ ਕੀਤਾ। ਵਾਹਿਗੁਰੂ ਇੱਕ, ਸ਼੍ਰੀ ਨਾਨਕ ਚੌਂਕੋ ਇੱਕ ਕਰਨ। ਧੰਨ ਗੁਰੂ ਨਾਨਕ ਦੇਵ ਜੀ ਨੇ ਫਿਰ ਮਾਤ ਲੋਕ ਤੇ ਕਲਯੁਗ ਦੇ ਵਿੱਚ ਜਦੋਂ ਅਵਤਾਰ ਧਾਰਿਆ ਨਾ, ਉਦੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਚਾਰੇ ਅੱਖਰਾਂ ਨੂੰ ਇੱਕ ਥਾਂ ਤੇ ਇਕੱਠੇ ਕਰ ਦਿੱਤਾ, ਜੋੜ ਦਿੱਤਾ। ਉਹ ਜੋੜ ਕੀ ਬਣਿਆ? ਉਸ ਦਾ ਜੋੜ ਬਣਿਆ ਵਾਹਿਗੁਰੂ ਨਾਮ। ਇਹ ਚਾਰੇ ਅੱਖਰ ਇੱਕ ਥਾਂ ਤੇ ਇਕੱਠੇ ਕਰ ਦਿੱਤੇ ਸੱਚੇ ਪਾਤਸ਼ਾਹ ਜੀ ਨੇ। ਵਾਹਿਗੁਰੂ ਇੱਕ ਨਾਮ ਬਣਾਇਓ। ਵਾਹਿਗੁਰੂ ਇੱਕ ਨਾਮ ਬਣਾ ਦਿੱਤਾ ਜਿਹੜਾ ਗੁਰਸਿੱਖਾਂ ਨੂੰ ਦਿੱਤਾ ਹੈ। ਸੁਣ ਸਭ ਸੰਤਨ ਕੇ ਮਨ ਭਾਇਓ। ਸਾਧ ਸੰਗਤ ਜੀ, ਜਿਹੜੀ ਵਿਸ਼ਨੂੰ ਜੀ ਦੀ ਗੱਲ ਹੈ, ਹਰੀ ਦੀ ਗੱਲ ਹੈ, ਗੋਬਿੰਦ ਦੀ ਗੱਲ ਹੈ ਜਾਂ ਰਾਮ ਦੀ ਗੱਲ ਹੈ ਨਾ, ਉਦੋਂ ਤਾਂ ਵਿਸ਼ਨੂੰ ਜੀ ਵੀ ਨਹੀਂ ਸਨ, ਉਦੋਂ ਕ੍ਰਿਸ਼ਨ ਜੀ ਵੀ ਨਹੀਂ ਸਨ, ਦੁਆਪਰ ਯੁੱਗ ਦੇ ਅਵਤਾਰ, ਉਦੋਂ ਰਾਮ ਜੀ ਵੀ ਨਹੀਂ ਸਨ। ਜਿਹੜੇ ਲੋਕ ਇਹ ਗੱਲ ਕਹਿ ਦਿੰਦੇ ਹੈ ਨਾ ਕਿ ਬਾਬਾ ਵਾਸਦੇਵ ਤੋਂ ਲੈ ਲਿਆ ਭਗਵਾਨ ਵਿਸ਼ਨੂੰ ਦਾ ਨਾਮ ਲੈ ਲਿਆ, ਹਾ ਹਾ ਵੀ ਗੱਗਾ ਗੋਬਿੰਦ ਗੋਬਿੰਦ ਅਖੇ ਕ੍ਰਿਸ਼ਨ ਜੀ ਦਾ ਨਾਮ ਲੈ ਲਿਆ, ਰਾ ਰਾ ਰਾਮ ਜੀ ਦਾ ਲੈ ਲਿਆ, ਅਤੇ ਅਖੇ ਇਹ ਚਾਰੇ ਅੱਖਰ ਉਹਨਾਂ ਅਵਤਾਰਾਂ ਦੇ ਨਾਮ ਦਾ ਜਾਪ ਹੈ। ਉਹ ਇੱਕ ਭੁਲੇਖਾ ਪੈਦਾ ਕਰਦੇ ਆ ਸੰਗਤਾਂ ਦੇ ਵਿੱਚ। ਉਦੋਂ ਤਾਂ ਸੰਗਤ ਜੀ ਇਹਨਾਂ ਦੀ ਹੋਂਦ ਹੀ ਨਹੀਂ ਸੀ ਅਵਤਾਰਾਂ ਦੀ, ਉਦੋਂ ਤਾਂ ਸ੍ਰਿਸ਼ਟੀ ਨਹੀਂ ਬਣੀ, ਆਪਾਂ ਨਹੀਂ ਬਣੇ, ਚੰਦਰਮਾ ਸੂਰਜ ਧਰਤੀ ਆਕਾਸ਼ ਕੋਈ ਵੀ ਤੱਤ ਉਦੋਂ ਨਹੀਂ ਹੈ ਸੀ। ਜਦੋਂ ਇਹ ਨਾਮ ਪਰਮੇਸ਼ਰ ਨੇ ਵਰਣ, ਇੱਕ ਇੱਕ ਅੱਖਰ ਦਾ ਅਰਥ ਹੁੰਦਾ ਵਰਣ, ਇੱਕ ਇੱਕ ਵਰਣ ਇੱਕ ਇੱਕ ਅੱਖਰ ਦਾ ਨਾਮ ਜਪ ਕੇ ਵਾਹਿਗੁਰੂ ਨਾਮ ਦੀ ਜਦੋਂ ਰਚਨਾ ਕੀਤੀ ਹੈ ਪਰਮਾਤਮਾ ਨੇ, ਉਦੋਂ ਤਾਂ ਇਹ ਅਵਤਾਰ ਇਸ ਧਰਤੀ 'ਤੇ ਹਨ ਹੀ ਨਹੀਂ ਸਨ, ਇਹ ਤਾਂ ਬਾਅਦ ਵਿੱਚ ਪੈਦਾ ਹੋਏ ਹੈ ਸੰਸਾਰ ਦੇ ਉੱਤੇ। ਇਸ ਕਰਕੇ ਐਸਾ ਗਲਤ ਖਿਆਲ ਪ੍ਰਚਲਿਤ ਨਹੀਂ ਕਰਨਾ ਚਾਹੀਦਾ। ਇਹਨਾਂ ਦੀ ਹੋਂਦ ਹਸਤੀ ਬਾਅਦ ਵਿੱਚ ਬਣੀ ਹੈ। ਵਾਹਿਗੁਰੂ ਨਾਮ ਪਹਿਲਾਂ ਬਣਾਇਆ ਗਿਆ ਪਰਮਾਤਮਾ ਵੱਲੋਂ, ਉਹੀ ਨਾਮ ਪਰਮਾਤਮਾ ਕੋਲੋਂ ਨਿਰਾਕਾਰ ਕੋਲੋਂ ਲੈ ਕੇ ਧੰਨ ਗੁਰੂ ਨਾਨਕ ਸਾਹਿਬ ਨੇ ਸਾਨੂੰ ਦੇ ਦਿੱਤਾ, ਸਾਡੀ ਝੋਲੀ ਵਿੱਚ ਪਾ ਦਿੱਤਾ। ਇਸ ਕਰਕੇ ਇੱਕ ਵਾਹਿਗੁਰੂ ਨਾਮ ਹੀ ਬਣਾਇਆ, ਬਾਕੀ ਸਾਰੇ ਬਾਅਦ ਵਿੱਚ ਪੈਦਾ ਹੋਏ ਹੈ, ਸ੍ਰਿਸ਼ਟੀ ਵੀ ਬਾਅਦ ਵਿੱਚ ਬਣੀ ਹੈ। ਔਰ ਸੁਣ ਸਭ ਸੰਤਨ ਕੇ ਮਨ ਭਾਇਓ, ਗੁਰਸਿੱਖਾਂ ਦੇ ਸੰਤਾਂ ਦੇ ਕੰਨਾਂ ਵਿੱਚ ਜਦੋਂ ਇਹ ਨਾਮ ਦੀ ਧੁਨ ਪਈ ਤਾਂ ਸਾਰਿਆਂ ਦੇ ਮਨ ਵਿੱਚ ਭਾਉ ਪ੍ਰੇਮ ਪੈਦਾ ਹੋ ਗਿਆ, ਸਾਰਿਆਂ ਸੰਤਾਂ ਦੇ ਮਨ ਨੂੰ ਬਹੁਤ ਹੀ
ਇਹ ਪਵਿੱਤਰ ਨਾਮ ਸੁਖਦਾਇਕ ਲੱਗਾ। ਨਿਜ ਸਿੱਖਨ ਕੋ ਕਰ ਉਪਦੇਸ਼, ਆਪਣੇ ਸਿੱਖਾਂ ਨੂੰ ਵੀ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਇਸ ਵਾਹਿਗੁਰੂ ਨਾਮ ਦਾ ਉਪਦੇਸ਼ ਦਿੱਤਾ, ਇਸ ਨਾਮ ਦੀ ਦਾਤ ਦਿੱਤੀ ਹੈ। ਸਿਮਰਤ ਕਾਟੇ ਬੰਦ ਕਲੇਸ਼, ਜਿਹੜਾ ਭਾਈ ਇਹ ਸਿਮਰਨ ਕਰੇਗਾ ਉਹਦੇ ਪਾਪ ਵੀ, ਉਹਦੇ ਦੁੱਖ ਵੀ, ਉਹਦੇ ਜੰਮਣ ਮਰਨ ਦੇ ਬੰਧਨ ਵੀ ਕੱਟੇ ਜਾਣਗੇ। ਆਖੋ ਭਾਈ ਵਾਹਿਗੁਰੂ, ਇਉਂ ਕਹਿ ਲਓ। ਇੱਕ ਵਾਰੀ ਵਾਹਿਗੁਰੂ ਕਹਿ ਲਿਆ ਨਾ ਆਪਾਂ ਇੱਕ ਵਾਰੀ, ਇਹਦਾ ਫਲ ਮੈਂ ਬੇਨਤੀ ਕਰਦਾ। ਇੱਕ ਵਾਰੀ ਮਨ ਬਿਰਤੀ ਨੂੰ ਇਕਾਗਰ ਕਰਕੇ ਵਾਹਿਗੁਰੂ ਸ਼ਬਦ ਕਹਿ ਦਿਓ ਨਾ, 36 ਯੁਗਾਂ ਦਾ ਜਾਪ ਇੱਕੋ ਵਾਰੀ ਹੋ ਜਾਂਦਾ। 36 ਯੁਗ ਕੌਣ ਨਾਮ ਜਪੂਗਾ ਮੈਨੂੰ ਇਹ ਦੱਸੋ। ਇੰਨੀ ਵਾਹਿਗੁਰੂ ਨਾਮ ਦੀ ਕੀਮਤ ਹੈ, ਇੰਨਾ ਨਾਮ ਵਾਹਿਗੁਰੂ ਦਾ ਫਲ ਹੈ, ਪਰ ਕਦਰ ਫੇਰ ਵੀ ਨਹੀਂ ਸਾਨੂੰ ਹੈ। ਸਿੱਖ ਕਹਿੰਦੇ ਹੈ ਜੀ ਵਾਹਿਗੁਰੂ ਤਾਂ ਸੁਣਦੇ ਹੀ ਹੈ, ਅਸੀਂ ਤਾਂ ਹੋਰ ਨਾਮ ਲੈਣਾ। ਕੋਈ ਕਿਤੇ ਤੁਰਿਆ ਫਿਰਦਾ, ਕੋਈ ਕਿਤੇ ਤੁਰਿਆ ਫਿਰਦਾ, ਦੰਭੀਆਂ ਪਖੰਡੀਆਂ ਦੇ ਦਰਾਂ 'ਤੇ ਭਟਕਦਾ, ਔਰ ਚੰਗੇ ਭਲੇ ਸਿੱਖ ਮਾਈ ਭਾਈ ਕਹਿਣਗੇ ਸਾਨੂੰ ਨਾਮ ਦੀ ਦਾਤ ਦਿਓ, ਨਾਮ ਦੀ ਦਾਤ। ਤੁਹਾਨੂੰ ਜਿਹੜੀ ਨਾਮ ਦੀ ਦਾਤ ਗੁਰੂ ਨਾਨਕ ਸਾਹਿਬ ਦਸਾਂ ਪਾਤਸ਼ਾਹੀਆਂ ਨੇ ਦਿੱਤੀ ਆ, ਉਹ ਚੰਗੀ ਨਹੀਂ ਲੱਗਦੀ? ਉਸ ਨਾਮ ਨਾਲੋਂ ਵੱਡਾ ਕਿਹੜਾ ਨਾਮ ਹੈ ਸ੍ਰਿਸ਼ਟੀ ਵਿੱਚ? ਜਾਂ ਕਿਹੜੇ ਰਿਸ਼ੀ ਮੁਨੀ ਅਵਤਾਰ ਪੀਰ ਪੈਗੰਬਰ ਨੇ ਇਸ ਤੋਂ ਵੱਡਾ ਨਾਮ ਤੁਹਾਨੂੰ ਦੇ ਦੇਣਾ ਜਾਂ ਦਿੱਤਾ? ਇਸ ਕਰਕੇ ਸਾਧ ਸੰਗਤ ਜੀ, ਜਿਨ੍ਹਾਂ ਨੇ ਇੱਕ ਵਾਰੀ ਮਨ ਨੂੰ ਇਕਾਗਰ ਕਰਕੇ ਵਾਹਿਗੁਰੂ ਸ਼ਬਦ ਕਹਿ ਲਿਆ ਨਾ, ਉਹਨਾਂ ਨੂੰ 36 ਯੁਗ ਵਾਹਿਗੁਰੂ ਨਾਮ ਜਪਣ ਦਾ ਫਲ ਮਿਲ ਜਾਂਦਾ ਇੱਕ ਵਾਰੀ ਵਾਹਿਗੁਰੂ ਕਹਿਣ ਨਾਲ। ਹੁਣ ਵਾਹਿਗੁਰੂ ਨਾਮ ਵਿਸ਼ੇਸ਼ ਇਤੀ ਦਿਨ ਏਕ ਵਾਰ ਸ੍ਰੀ ਵਾਹਿਗੁਰੂ ਕਹਿਓ। ਭਾਈ ਗੁਰਦਾਸ ਜੀ ਨੇ ਵੀ ਕਿਹਾ ਕਿ ਭਾਈ 36 ਯੁਗ ਦਾ ਜਾਪ ਹੋ ਜਾਂਦਾ ਇੱਕ ਵਾਰੀ ਵਾਹਿਗੁਰੂ ਸ਼ਬਦ ਲੈਣ ਕਹਿਣ ਦੇ ਨਾਲ, ਇਸ ਕਰਕੇ ਇਹ ਸਾਰੇ ਜੰਮਣ ਮਰਨ ਦੇ ਦੁੱਖਾਂ ਨੂੰ ਕੱਟਦਾ ਹੈ। ਆਪ ਜੋ ਇੱਕ ਮਨ ਸਿਮਰਹ ਨਾਮੁ, ਜਿਹੜਾ ਇੱਕ ਮਨ ਐਨ ਇਕਾਗਰ ਹੋ ਕੇ, ਇੱਕ ਮਨ ਕੀ ਹੋਣਾ, ਮਨ ਨੂੰ ਹੋਰ ਬੰਨੇ ਜਾਣ ਨਹੀਂ ਦੇਣਾ, ਨਾਮ ਵਿੱਚ ਹੀ ਜੋੜ ਕੇ ਰੱਖਣਾ। ਇੱਕ ਮਨ ਹੋ ਕੇ ਜਿਹੜਾ ਵਾਹਿਗੁਰੂ ਨਾਮ ਦਾ ਜਾਪ ਕਰੇਗਾ ਜਾਂ ਸਿਮਰਨ ਕਰੇਗਾ, ਵਾਹਿਗੁਰੂ ਪੂਰਹਿ ਔਰ ਕਾਮੁ। ਆਖੋ ਭਾਈ ਵਾਹਿਗੁਰੂ, ਇਹ ਵਾਹਿਗੁਰੂ ਨਾਮ ਉਹਨਾਂ ਦੇ ਸਾਰੇ ਕੰਮ ਦੁਨੀਆਂ ਦੇ ਵੀ ਪੂਰੇ ਕਰ ਦੇਵੇਗਾ, ਦੁਨੀਆਂ ਦੇ ਵੀ ਕਾਰਜ ਉਹਨਾਂ ਦੇ ਰਾਸ ਹੋ ਜਾਣਗੇ ਵਾਹਿਗੁਰੂ ਜਪਣ ਵਾਲਿਆਂ ਦੇ। ਅੰਤ ਸਮੇਂ ਗਤ ਲਹਿ ਸੁਖਾਰੇ, ਅੰਤ ਦੇ ਸਮੇਂ ਵੀ ਸੁਖੀ ਹੋ ਜਾਏਗਾ, ਮੁਕਤੀ ਦੀ ਗਤੀ ਪ੍ਰਾਪਤ ਕਰ ਲਵੇਗਾ, ਰਸਤਾ ਮੁਕਤੀ ਦਾ ਮਿਲ ਜਾਏਗਾ। ਜਨਮ ਮਰਨ ਕੇ ਬੰਧ ਨਿਵਾਰੇ, ਜੰਮਣ ਮਰਨ ਦੇ ਬੰਧਨ ਕੱਟੇ ਜਾਣਗੇ। ਜਾਂ ਤੇ ਵਾਹਿਗੁਰੂ ਤੁਮ ਸਿਮਰੋ, ਇਸ ਕਰਕੇ ਹੇ ਗੁਰਸਿੱਖੋ, ਹੇ ਭਾਈ ਫਿਰਨਾ, ਹੇ ਭਾਈ ਬਹਿਲ, ਹੇ ਭਾਈ ਜੇਠਾ, ਤੁਸੀਂ ਨਾਮ ਪੁੱਛਿਆ, ਅੱਜ ਤੋਂ ਤੁਸੀਂ ਵਾਹਿਗੁਰੂ ਨਾਮ ਦਾ ਸਿਮਰਨ ਕਰਿਆ ਕਰੋ। ਸਾਨੂੰ ਵੀ ਇਹ ਨਾਲ ਹੀ ਹੁਕਮ ਹੈ, ਜੇ ਉਹਨਾਂ ਨੂੰ ਕੀਤਾ ਗੁਰਸਿੱਖਾਂ ਨੂੰ ਤਾਂ ਸਾਨੂੰ ਵੀ ਨਾਲ ਆਗਿਆ ਕਰ ਦਿੱਤੀ ਹੈ। ਇਸ ਕਰਕੇ ਵਾਹਿਗੁਰੂ ਨਾਮ ਦਾ ਤੁਸੀਂ ਸਿਮਰਨ ਕਰਨਾ ਹੈ। ਨਿਸ ਦਿਨ ਹਿਰਦੈ ਬਦਨ ਤੇ ਰਰੋ, ਰਾਤ ਦਿਨ ਆਪਣੇ ਮੁਖ ਤੋਂ, ਬਦਨ ਨਾਮ ਹੁੰਦਾ ਮੁਖ ਦਾ,
ਸਿਮਰ ਨਹੀਂ ਹੁੰਦਾ, ਰਾਤ ਦਿਨ ਜ਼ੁਬਾਨ ਹਿਲਾਈ ਜਾਇਆ ਕਰੋ, ਰਾਤ ਦਿਨ ਜ਼ੁਬਾਨ ਨਾਲ ਵਾਹਿਗੁਰੂ 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 ਕਹੀ ਜਾਇਆ ਕਰੋ। ਜ਼ੁਬਾਨ ਨਾਲ ਵਾਹਿਗੁਰੂ ਵਾਹਿਗੁਰੂ ਕਹਿਣ ਲੱਗ ਜਾਓ, ਹਿਰਦੇ ਵਿੱਚ ਵੀ ਵਾਹਿਗੁਰੂ ਨਾਮ ਵਸ ਜਾਏਗਾ ਅਤੇ ਸਵਾਸ ਵੀ ਤੁਹਾਡੇ ਵਾਹਿਗੁਰੂ ਵਾਹਿਗੁਰੂ ਕਹਿਣ ਲੱਗ ਜਾਣਗੇ। ਔਰ ਫਿਰ ਅਗਲੀ ਜਿਹੜੀ ਬਖਸ਼ਿਸ਼ ਹੈ, ਇਹ ਜਿਹੜੇ ਰੋਮ ਵੀ ਹੈ ਨਾ, ਗੁਰਮੁਖਾਂ ਅਭਿਆਸੀਆਂ ਦਾ ਕਥਨ ਹੈ, ਇੱਕ ਇੱਕ ਰੋਮ ਜ਼ੁਬਾਨ ਬਣ ਜਾਂਦਾ ਵਾਹਿਗੁਰੂ ਨਾਮ ਦਾ, ਵਾਹਿਗੁਰੂ ਨਾਮ ਦੀ ਰੋਮ ਰੋਮ ਵੀ ਫਿਰ ਵਾਹਿਗੁਰੂ ਵਾਹਿਗੁਰੂ ਉਚਾਰਨ ਕਰਨ ਲੱਗ ਜਾਂਦੇ। ਜਿਹੜੇ ਕਰਨੀ ਵਾਲੇ ਗੁਰਮੁਖ ਹੈ ਜਾਂ ਹੋਏ ਹੈ, ਉਹ ਆਪਣੇ ਰੋਮ ਰੋਮ ਵਿੱਚੋਂ ਵਾਹਿਗੁਰੂ ਨਾਮ ਸੁਣਾ ਦਿੰਦੇ ਰਹੇ ਆ ਗੁਰਮੁਖਾਂ ਨੂੰ। ਇਹ ਕਿਰਪਾ ਉਹਨਾਂ ਦੇ ਉੱਤੇ ਹੁੰਦੀ ਸੀ, ਗੁਰਮੁਖ ਰੋਮ ਰੋਮ ਹਰ ਧਿਆਵੈ, ਗੁਰਮੁਖਾਂ ਦਾ ਰੋਮ ਰੋਮ ਵਾਹਿਗੁਰੂ ਨਾਮ ਨੂੰ ਜਪਦਾ। ਇੱਥੇ ਬਸ ਨਹੀਂ, ਉਹਨਾਂ ਨੂੰ ਧਰਤੀ ਵਿੱਚੋਂ, ਪਤਾਲ ਵਿੱਚੋਂ, ਆਕਾਸ਼ ਵਿੱਚੋਂ, ਬਨਸਪਤੀ ਵਿੱਚੋਂ, ਧਰਤ ਪਤਾਲ ਆਕਾਸ਼ ਹੈ ਮੇਰੀ ਜਿੰਦੜੀਏ, ਸਭ ਹਰ ਹਰ ਨਾਮ ਧਿਆਵੈ ਰਾਮ। ਡਾਕਟਰ ਦੀਵਾਨ ਸਿੰਘ ਜੀ ਸੰਤ ਮਹਾਰਾਜ ਬਾਬਾ ਸੁੰਦਰ ਸਿੰਘ ਜੀ ਨੂੰ ਆਖਣ ਲੱਗੇ, ਮਹਾਰਾਜ ਜਦੋਂ ਮੇਰੀ ਕਾਰ ਚੱਲਦੀ ਹੈ, ਇੰਜਣ ਵਿੱਚੋਂ ਵੀ ਮੈਨੂੰ ਵਾਹਿਗੁਰੂ ਨਾਮ ਸੁਣਾਈ ਦਿੰਦਾ। ਹੁਣ ਉਹ ਤਾਂ ਨਿਰਜਿੰਦ ਵਸਤੂ ਹੈ ਨਾ, ਉਹਦੇ ਵਿੱਚ ਜਾਨ ਤਾਂ ਨਹੀਂ ਨਾ, ਉਹ ਤਾਂ ਜੜ ਵਸਤੂ ਹੈ, ਲੋਹੇ ਦਾ ਬਣਿਆ, ਪਰ ਨਾਮ ਦੀ ਐਸੀ ਉੱਚੀ ਅਵਸਥਾ ਉਹਨਾਂ ਨੂੰ ਪ੍ਰਾਪਤ ਹਾਸਲ ਹੋ ਜਾਂਦੀ ਹੈ, ਨਿਰਜਿੰਦ ਵਸਤੂ ਵਿੱਚੋਂ ਵੀ ਉਹਨਾਂ ਨੂੰ ਵਾਹਿਗੁਰੂ ਨਾਮ ਸੁਣਾਈ ਦੇਣ ਲੱਗ ਜਾਂਦਾ। ਨਿਰਜਿੰਦ ਵਸਤੂਆਂ ਵਿੱਚੋਂ ਉਹ ਵੀ ਜਿੰਦਾ ਜਾਨ ਹੋ ਜਾਂਦੀਆਂ। ਇਸ ਵਾਹਿਗੁਰੂ ਨਾਮ ਵਿੱਚ ਐਸੀ ਸ਼ਕਤੀ ਹੈ, ਪਾਵਰ ਹੈ, ਇਹ ਨਾਮ ਦੀ ਕਰਾਮਾਤ ਹੈ। ਕਿਉਂ ਭਾਈ ਉਹ ਫਿਰ ਉਹਨਾਂ ਨੂੰ ਸਾਰਾ ਕੁਝ ਹੀ ਰਾਤ ਦਿਨ ਆਪਣੇ ਬਦਨ ਮੁੱਖ ਤੋਂ ਐਸਾ ਨਾਮ ਉਚਾਰੋ, ਸਤਿਗੁਰ ਤੁਮਰੇ ਹੋਏ ਸਹਾਇ। ਵਾਹਿਗੁਰੂ ਨਾਮ ਦਾ ਹੁਕਮ ਮੰਨਣ ਵਾਲੇ, ਵਾਹਿਗੁਰੂ ਨਾਮ ਜਪਣ ਦਾ ਹੁਕਮ ਮੰਨਣ ਵਾਲਿਆਂ ਦੇ ਜਿਹੜੇ ਜਪਦੇ ਆ, ਸਤਿਗੁਰੂ ਵੀ ਉਹਨਾਂ ਦੀ ਸਹਾਈ ਹੋ ਕੇ ਰੱਖਿਆ ਕਰਦੇ ਆ। ਦੁਬਿਧਾ ਸਗਰੀ ਦੇਤ ਮਿਟਾਏ, ਉਹਨਾਂ ਦੇ ਮਨ ਦੀ ਦੁਬਿਧਾ ਹੋਮੈ ਸਾਰੀ ਸਤਿਗੁਰੂ ਮੇਟ ਦਿੰਦੇ ਹਨ। ਅੰਤ ਸਮੇਂ ਸਭ ਬੰਧ ਨਿਕੰਧ, ਅੰਤ ਨੂੰ ਜੰਮਣ ਮਰਨ ਦੇ ਬੰਧਨ ਵੀ ਕੱਟੇ ਜਾਂਦੇ ਹੈ। ਹੋ ਬੋਲੀਨ ਸਦਾ, ਹੋ ਬੋਲੀਨ ਸੱਚ ਦਾ ਆਨੰਦ, ਜੋ ਸੱਚ ਚਿੱਤ ਆਨੰਦ ਪਰਮਾਤਮਾ ਵਿਆਪਕ ਵਾਹਿਗੁਰੂ ਬ੍ਰਹਮ ਹੈ, ਪਰਮੇਸ਼ਰ ਹੈ, ਉਸ ਵਿੱਚ ਉਹ ਗੁਰਮੁਖ ਲੀਨ ਹੋ ਜਾਂਦਾ, ਇਕਮਿਕ ਹੋ ਜਾਂਦਾ ਹੈ। ਸੁਣ ਸਿੱਖਣ ਭ੍ਰਮ ਕੋ ਨਿਰਵਾਰ, ਸਿੱਖਾਂ ਨੂੰ ਇਹ ਸਤਿਗੁਰੂ ਜੀ ਨੇ ਐਸਾ ਉਪਦੇਸ਼ ਦੇ ਕਰਕੇ ਸਿੱਖਾਂ ਦੇ ਮਨ ਵਿੱਚ ਜਿਹੜੀ ਭ੍ਰਾਂਤੀ ਪਈ ਹੋਈ ਸੀ, ਭੁਲੇਖਾ ਪਿਆ ਹੋਇਆ ਸੀ, ਉਹ ਸਾਰਾ ਨਿਵਿਰਤ ਕਰ ਦਿੱਤਾ, ਦੂਰ ਕਰ ਦਿੱਤਾ। ਵਾਹਿਗੁਰੂ ਸਿਮਰਿਓ ਕਰਤਾਰ, ਕਰਤਾਰ ਪਰਮੇਸ਼ਰ ਦਾ ਨਾਮ ਜੋ ਵਾਹਿਗੁਰੂ ਹੈ, ਉਸ ਦਾ ਸਿਮਰਨ ਕਰਨ ਲੱਗ ਪਏ ਇਹ ਤਿੰਨੇ ਸਿੱਖ। ਸ਼੍ਰੀ ਅਰਜਨ ਕੋ ਸੇਵਤ ਰਹੇ, ਧੰਨ ਗੁਰੂ ਅਰਜਨ ਦੇਵ ਜੀ ਦੇ ਦਰ ਦੀ ਸੇਵਾ ਕਰਦੇ ਰਹੇ, ਨਾਮ ਜਪਦੇ ਰਹੇ। ਅੰਤ ਸਮੇਂ ਨੀਕੇ ਸੁਖ ਲਹੇ, ਅੰਤ ਦੇ ਸਮੇਂ ਵੀ ਸਰੀਰ ਦੇ ਹੁੰਦਿਆਂ ਵੀ ਸਾਰੇ ਚੰਗੇ ਤੋਂ ਚੰਗੇ ਸੁਖ ਲੈ ਲਏ, ਪ੍ਰਾਪਤ ਕਰ ਲਏ। ਤਿੰਨ ਕੋ ਮਿਲੇ ਸੋ ਗੁਰਮਤ ਪਾਈ, ਜਿਹੜਾ ਇਹਨਾਂ ਗੁਰਸਿੱਖਾਂ ਨੂੰ ਮਿਲਿਆ ਉਹਨਾਂ ਨੂੰ ਵੀ ਗੁਰਮਤ ਪ੍ਰਾਪਤ ਹੋਈ ਇਹਨਾਂ ਦੀ ਸੰਗਤ ਨਾਲ ਪਾਈ, ਉਹ ਵੀ ਗੁਰਮਤੀ ਹੈ, ਗੁਰਸਿੱਖ ਬਣ ਗਏ। ਐਸੀ ਇਹਨਾਂ ਦੀ ਕਰਨੀ ਸੀ, ਗੁਰਸਿੱਖਾਂ ਦੀ ਕਰਨੀ ਦਾ ਪ੍ਰਭਾਵ ਪੈਂਦਾ ਹੈ। ਜੈ
ਕਹਿ ਸਿੱਖੀ ਜਗ ਬਿਦਤਾਈ। ਜਿੱਥੇ ਕਿੱਥੇ ਧੰਨ ਗੁਰੂ ਅਰਜਨ ਦੇਵ ਜੀ ਨੇ ਸਿੱਖੀ ਨੂੰ ਸੰਸਾਰ ਵਿੱਚ ਫੈਲਾਉਣਾ ਕੀਤਾ ਗੁਰਮਤਿ ਦੇ ਮਾਰਗ ਨੂੰ। ਦੋਹਰਾ ਵਿਸਾ ਗੋਪੀ ਤੁਲਸੀਆ। ਅਗਲਾ ਪ੍ਰਸੰਗ ਚੱਲ ਰਿਹਾ, ਅੱਗੇ ਸਿੱਖ ਆ ਰਹੇ ਭਾਈ ਵਿਸਾ, ਭਾਈ ਗੋਪੀ, ਭਾਈ ਤੁਲਸੀਆ, ਇਹ ਤਿੰਨ ਸਿੱਖ ਹਨ। ਭਾਰਦਵਾਜੀ ਪਿੱਪਰ। ਭਾਰਦਵਾਜ ਗੋਤ ਬ੍ਰਾਹਮਣਾਂ ਦਾ ਹੈ। ਇਹ ਬ੍ਰਾਹਮਣ ਜਾਤੀ ਦੇ, ਉੱਚ ਜਾਤੀ ਦੇ ਮੰਨਣ ਵਾਲੇ ਆਪਣੇ ਆਪ ਨੂੰ ਭਾਰਦਵਾਜੀ ਗੋਤ ਦੇ, ਜਿਵੇਂ ਭਾਰਦਵਾਜ ਰਿਸ਼ੀ ਹੋਇਆ ਉਸ ਤੋਂ ਭਾਰਦਵਾਜੀ ਗੋਤ ਚੱਲਿਆ, ਇਹ ਉਸ ਬ੍ਰਾਹਮਣ ਜਾਤੀ ਦੇ ਤਿੰਨੇ ਸਿੱਖ ਸਨ। ਗੋਇੰਦ ਘੇਈ ਭਾਈ ਅੜਾ। ਔਰ ਚੌਥਾ ਭਾਈ ਗੋਇੰਦ, ਇਹ ਘੇਈ ਜਾਤੀ ਦਾ ਹੈ। ਆਏ ਮਿਲ ਕਰ ਸ਼ਿਪਰ। ਪੰਜਵਾਂ ਭਾਈ ਅੜਾ, ਇਹ ਬੜੀ ਛੇਤੀ ਮਿਲ ਕੇ ਸਤਿਗੁਰਾਂ ਦੇ ਪਾਸ ਆਏ ਆ ਦਰਸ਼ਨ ਕਰਨ ਵਾਸਤੇ। ਚੌਪਈ ਬੰਦਨ ਕਰ ਬੈਠੇ ਸਭ ਪਾਸ। ਹੱਥ ਜੋੜ ਕੇ ਨਮਸਕਾਰ ਕਰਕੇ ਸਤਿਗੁਰਾਂ ਦੇ ਪਾਸ ਬੈਠ ਗਏ। ਹੱਥ ਜੋੜ ਕੀਨੀ ਅਰਦਾਸ। ਹੱਥ ਜੋੜ ਕੇ ਇਹਨਾਂ ਨੇ ਵੀ ਬੇਨਤੀ ਕੀਤੀ ਹੈ। ਗੁਰੂ ਗਰੀਬ ਨਿਵਾਜ ਸੁਣਾਈ ਸੁਣਾਈਏ। ਇਹ ਗਰੀਬਾਂ ਨੂੰ ਨਿਵਾਜਣ ਵਾਲੇ ਸਤਿਗੁਰੂ ਜੀ, ਸਾਨੂੰ ਕਿਰਪਾ ਕਰਕੇ ਇਹ ਉਪਦੇਸ਼ ਸੁਣਾਉਣਾ ਕਰੋ, ਅਸੀਂ ਵੀ ਮਨ ਵਿੱਚ ਕੋਈ ਸ਼ੰਕਾ ਲੈ ਕੇ ਆਏ ਹਾਂ। ਦੁਆ ਸ਼ਬਦਨ ਮੈਂ ਸੰਸਾ ਪਾਈਏ। ਦੋ ਸ਼ਬਦ ਪੜ੍ਹੇ ਗੁਰਬਾਣੀ ਵਿੱਚੋਂ, ਭਗਤ ਬਾਣੀ ਵਿੱਚੋਂ, ਸਾਡੇ ਮਨ ਵਿੱਚ ਸ਼ੰਕਾ ਪੈਦਾ ਹੋ ਗਈ, ਸ਼ੰਕਾ ਖੜੀ ਹੋ ਗਈ ਹੈ। ਨਾਮ ਦੇਵ ਜਨ ਸ਼ਬਦ ਸੁਣਾਏ। ਇਹ ਨਾਮਦੇਵ ਜੀ ਦੇ ਦੋਨੋਂ ਹੀ ਸ਼ਬਦ ਬਣਾਏ ਹੋਏ ਸੋਭਨੀਕ ਹਨ। ਦੁਵੇ ਥਲ ਰਾਗਨ ਵਿਖਿਆ ਟਿਕਾਏ। ਰਾਗਾਂ ਵਿੱਚ ਦੋ ਥਾਵਾਂ ਤੇ ਇਹ ਸ਼ਬਦ ਆਪ ਜੀ ਨੇ ਆਦਿ ਬੀੜ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸੁਭਾਇਮਾਨ ਕਰਕੇ ਲਿਖਵਾਏ ਹੈ। ਦੋਨੋਂ ਮੈਂ ਵਿਰੋਧ ਦਿਖ ਪਾਏ। ਪਰ ਦੋਨਾਂ ਵਿੱਚ ਸ਼ਬਦ ਦੋਨੇ ਇੱਕੋ ਹੀ ਭਗਤ ਦੇ ਹੈ ਔਰ ਇੱਕੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਨੇ, ਪਰ ਦੋਨਾਂ ਦਾ ਜਿਹੜਾ ਸਿਧਾਂਤ ਹੈ ਉਸ ਵਿੱਚ ਇੱਕ ਦੂਜੇ ਦਾ ਵਿਰੋਧ ਹੈ, ਇੱਕ ਦੂਜੇ ਦੀ ਵਿਚਾਰ ਇੱਕ ਦੂਸਰੇ ਦੇ ਉਲਟ ਹੈ। ਭਾਵ ਸਾਡੀ ਸੋਚ ਹੈ, ਉਹ ਸਿੱਖ ਕਹਿੰਦੇ ਮਹਾਰਾਜ ਸਾਡੇ ਖਿਆਲ ਵਿੱਚ ਆਇਆ ਕਿ ਪਰਸਪਰ ਆਪਾ ਵਿਰੋਧੀ ਵਿਚਾਰ ਹਨ ਦੋਨਾਂ ਹੀ ਇਹਨਾਂ ਸ਼ਬਦਾਂ ਦੇ ਸਿਧਾਂਤ ਦੇ। ਇੱਕ ਭਗਤ ਕੇ ਦੋ ਸੁਹਾਏ। ਕੋਈ ਭਗਤ ਦੇ ਦੋ ਸ਼ਬਦ ਸੋਭਨੀਕ ਹੋ ਰਹੇ ਹਨ। ਪਾਂਡੇ ਤੁਮਰਾ ਰਾਮ ਚੰਦ। ਰਾਮ ਚੰਦਰ ਜੀ ਬਾਬਤ ਨਾਮਦੇਵ ਜੀ ਨੇ ਕੀ ਕਿਹਾ ਕਿ ਹੇ ਪਾਂਡੇ, ਤੇਰਾ ਜਿਹੜਾ ਰਾਮ ਚੰਦਰ ਅਵਤਾਰ ਹੈ, ਸੋ ਵੀ ਆਵਤ ਦੇਖਿਆ ਥਾ, ਉਹ ਵੀ ਮੈਂ ਦੇਖਿਆ ਇਸ ਧਰਤੀ ਤੇ ਜਦੋਂ ਤ੍ਰੇਤੇ ਯੁਗ ਦੇ ਵਿੱਚ ਆਇਆ ਥਾ, ਆਇਆ ਸੀ। ਰਾਵਣ ਸੇਤੀ ਸਰਬਰ ਹੋਈ। ਉਹਦੀ ਰਾਵਣ ਦੇ ਨਾਲ ਸਰਬਰ ਨਾਮ ਹੁੰਦਾ ਲੜਾਈ ਦਾ, ਉਹਦਾ ਰਾਵਣ ਦੇ ਨਾਲ ਬੜਾ ਭਾਰੀ ਜੰਗ ਹੋਇਆ ਲੰਕਾਪੁਰੀ ਵਿੱਚ। ਘਰ ਕੀ ਜੋਏ ਗਵਾਈ ਥੀ। ਉਹ ਕਹਿੰਦੇ ਤਾਂ ਤੁਸੀਂ ਅਵਤਾਰ ਹੋ ਕਿ ਸਮੇਂ ਦਾ ਅਵਤਾਰ ਸੀ, ਪਰ ਉਹ ਆਪਣੀ ਅਰਧਾਂਗਨੀ, ਆਪਣੀ ਪਤਨੀ ਮਾਤਾ ਸੀਤਾ ਨੂੰ ਨਹੀਂ ਬਚਾ ਕੇ ਰੱਖ ਸਕਿਆ। ਕਾਹਦਾ ਉਹ ਅਵਤਾਰ ਸੀ, ਕਾਹਦੀ ਉਹਦੇ ਵਿੱਚ ਸ਼ਕਤੀ ਸੀ? ਉਹ ਤਾਂ ਆਪਣੀ ਘਰ ਦੀ ਸੀਤਾ ਨੂੰ ਵੀ ਗਵਾ ਕੇ ਬਹਿ ਗਿਆ, ਰਾਵਣ ਲੈ ਗਿਆ ਚੁੱਕ ਕੇ, ਤੇ ਤੁਸੀਂ ਐਵੇਂ ਉਹਨੂੰ ਵੱਡਾ ਮਨ ਮੰਨ ਕੇ ਉਹਦਾ ਨਾਮ ਜਪਦੇ ਹੋ, ਰਾਮ ਰਾਮ ਕਰਦੇ ਹੋ,
ਮਹਾਰਾਜ ਇੱਥੇ ਰਾਮ ਚੰਦਰ ਦੀ ਨਖੇਤੀ ਕਰ ਦਿੱਤੀ। ਰਾਮ ਚੰਦਰ ਦੀ ਕੋਈ ਮਹਿਮਾ ਨਹੀਂ ਜਣਾਈ। ਰਾਮ ਚੰਦਰ ਦੀ ਬਾਬਤ ਇਸ ਸ਼ਬਦ ਦੇ ਵਿੱਚ ਨਖੇਦ ਪੱਖ ਦਾ ਉਪਦੇਸ਼ ਦੇ ਦਿੱਤਾ ਹੈ। ਜਸਰਥ ਰਾਏ ਆਨੰਦ ਰਾਜਾ ਮੇਰਾ ਰਾਮ ਚੰਦ। ਦੂਜੇ ਸ਼ਬਦ ਵਿੱਚ ਐ ਆ ਗਿਆ ਕਿ ਜਸਰਥ ਰਾਜੇ ਦਾ ਆਨੰਦ ਪੁੱਤਰ ਸੀ। ਉਹ ਕੌਣ ਸੀ? ਉਹ ਰਾਜਾ ਸੀ ਤ੍ਰੇਤੇ ਯੁੱਗ ਦੇ ਵਿੱਚ ਰਾਮ ਚੰਦਰ, ਤੇ ਉਹ ਰਾਮ ਚੰਦਰ ਮੇਰਾ ਰਾਮ ਪਿਆਰੇ ਤੋਂ ਪਿਆਰਾ ਰਾਮ ਹੈ। ਰਣਵੈ ਨਾਮਾ ਤਤ ਰਸ ਅੰਮ੍ਰਿਤ ਪੀਜੈ। ਨਾਮਦੇਵ, ਪ੍ਰਣਵੈ ਨਾਮ ਹੁੰਦਾ ਉਚਾਰਨ ਕਰਨ ਦਾ, ਕਿ ਨਾਮਦੇਵ ਉਸੇ ਰਾਮ ਦੇ ਨਾਮ ਨੂੰ ਬਾਰ ਬਾਰ ਉਚਾਰਦਾ, ਤੇ ਨਾਮ ਨੂੰ ਉਚਾਰ ਉਚਾਰ ਕੇ ਰਾਮ ਰਾਮ ਆਖ ਕੇ ਤਤ ਰਸ ਜੋ ਸਿਧਾਂਤ ਸਰੂਪ ਹੈ ਉਸ ਨਾਮ ਦੇ ਅੰਮ੍ਰਿਤ ਰਸ ਨੂੰ ਪੀਂਦਾ। ਹੁਣ ਮਹਾਰਾਜ ਇੱਕ ਪਾਸੇ ਨਾਮਦੇਵ ਨੇ ਰਾਮ ਚੰਦਰ ਦੀ ਸਿੱਧੀ ਨਖੇਧੀ ਕਰ ਦਿੱਤੀ, ਦੂਜੇ ਪਾਸੇ ਵਿਧੀ ਪੱਖ ਨਾਲ ਉਪਦੇਸ਼। ਇਹ ਦੋ ਪੱਖ ਹੁੰਦੇ ਆ, ਨਖੇਧ ਪੱਖ ਔਰ ਵਿਧੀ ਪੱਖ। ਇਸ ਕਰਕੇ ਵਿਦਿਆ ਪੜ੍ਹਨੀ ਚਾਹੀਦੀ ਹੈ ਕਥਾਵਾਚਕਾਂ ਨੂੰ, ਪ੍ਰਚਾਰਕਾਂ ਨੂੰ। ਵਿਦਿਆ ਨਹੀਂ ਪੜ੍ਹਨਗੇ ਤਾਂ ਸਿਧਾਂਤ ਸਪਸ਼ਟ ਕਰਕੇ ਨਹੀਂ ਦੱਸ ਸਕਦੇ। ਇਸ ਕਰਕੇ ਮਹਾਰਾਜ ਇੱਥੇ ਵਿਧੀ ਪੱਖ ਦੁਆਰਾ ਉਪਦੇਸ਼ ਦੇ ਦਿੱਤਾ, ਇੱਥੇ ਰਾਮ ਦੀ ਸਿਫਤ ਕਰ ਦਿੱਤੀ, ਉੱਥੇ ਰਾਮ ਦੇ ਵਿਰੋਧ ਵਿੱਚ ਕਹਿ ਦਿੱਤਾ ਕਿਹੜੀ ਗੱਲ ਮੰਨੀ। ਆਪਾਂ ਵਿਰੋਧੀ ਵਿਚਾਰ ਆ ਗਈ, ਸੱਚੇ ਪਾਤਸ਼ਾਹ ਕਿਰਪਾ ਕਰੋ। ਜੋ ਪਈ ਪ੍ਰਥਮ ਸ਼ਬਦ ਮੈਂ ਜਾਣੀ ਪਰ। ਪਹਿਲੇ ਸ਼ਬਦ ਦੇ ਵਿੱਚ ਇਸ ਤਰ੍ਹਾਂ ਦਾ ਸਿਧਾਂਤ ਜਾਣਿਆ ਜਾਂਦਾ ਹੈ, ਇਹ ਸਮਝ ਵਿੱਚ ਪਰੈ ਪੈਂਦਾ ਹੈ। ਤਰਕ ਈਸ ਅਵਤਾਰਨ ਕਰੈ। ਈਸ਼ਰ ਦੇ ਅਵਤਾਰ ਉੱਤੇ ਰਾਮ ਚੰਦਰ ਤੇ ਬੜੀ ਭਾਰੀ ਤਰਕ ਕੀਤੀ ਹੈ ਨਾਮਦੇਵ ਜੀ ਨੇ। ਲੋਕ ਵੀ ਕਰ ਦਿੰਦੇ ਹੈ ਨਾ ਕਿ ਜੇ ਅਵਤਾਰ ਸੀ ਤਾਂ ਸੀਤਾ ਨੂੰ ਕਿਉਂ ਨਾ ਬਚਾ ਸਕਿਆ, ਲੋਕ ਕਹਿ ਹੀ ਦਿੰਦੇ ਆ। ਤੇ ਨਾਮਦੇਵ ਜੀ ਨੇ ਵੀ ਕਹਿੰਦੇ ਰੱਬ ਦੇ ਅਵਤਾਰ ਤੇ, ਈਸ਼ਰ ਦੇ ਅਵਤਾਰ ਤੇ ਇਹ ਬੜੀ ਭਾਰੀ ਤਰਕ ਕਰ ਦਿੱਤੀ, ਚੋਟ ਮਾਰ ਦਿੱਤੀ ਹੈ। ਦੁਤੀਏ ਮਹਿ ਮਹਿਮਾ ਅਵਤਾਰ। ਦੂਜੇ ਸ਼ਬਦ ਵਿੱਚ ਰਾਮ ਚੰਦਰ ਜੀ ਨੂੰ ਸਮੇਂ ਦਾ ਅਵਤਾਰ ਕਹਿ ਕੇ ਉਸ ਦੀ ਸਿਫਤ ਕਰ ਦਿੱਤੀ, ਉਸ ਦੀ ਮਹਿਮਾ ਕਰ ਦਿੱਤੀ ਹੈ। ਨਾਮਦੇਵ ਨੇ ਕੀਨ ਉਚਾਰ। ਦੋਨੋਂ ਸ਼ਬਦ ਇੱਕੋ ਹੀ ਭਗਤ ਨੇ ਉਚਾਰੇ ਹੈ, ਕਿਹੜੀ ਗੱਲ ਨੂੰ ਠੀਕ ਮੰਨੀਏ ਕਿਹੜੀ ਨੂੰ ਨਾ ਮੰਨੀਏ। ਅਰਥ ਵਿਵਸਥਾ ਕੈਸੇ ਹੋਏ। ਅਰਥਾਂ ਦੀ ਵਿਵਸਥਾ ਕਿਵੇਂ ਹੋਏਗੀ, ਅਰਥ ਕਿਵੇਂ ਕਰਕੇ ਦੱਸਾਂਗੇ? ਇੱਕ ਥਾਂ ਤੇ ਨਖੇਧੀ ਕਰਤੀ, ਦੂਜੇ ਥਾਂ ਤੇ ਸਿਫਤ ਕਰਤੀ। ਤਰਕਵਾਦੀ ਕਰੇਗਾ, ਉਹ ਸਵਾਲ ਕਰੇਗਾ ਕਿ ਹੁਣੇ ਤੁਸੀਂ ਉਹਦੀ ਮਹਿਮਾ ਕਰਕੇ ਹਟੇ ਆ, ਹੁਣੇ ਉਹਦੀ ਨਿੰਦਿਆ ਕਰਨ ਲੱਗ ਗਏ, ਕਿਹੜੀ ਗੱਲ ਤੁਹਾਡੀ ਠੀਕ ਮੰਨੀ ਹੈ? ਸਵਾਲ ਕਰਨ ਵਾਲਾ ਕਰੇਗਾ ਨਾ, ਸ਼ੰਕਾ ਪੈਦਾ ਕਰੇਗਾ ਹੀ। ਇਸ ਕਰਕੇ ਨਾਮਦੇਵ ਜੀ ਨੇ ਉਚਾਰੇ ਹੈ, ਅਰਥਾਂ ਦੀ ਵਿਵਸਥਾ ਕਿਵੇਂ ਹੋਵੇਗੀ? ਹਮ ਕਿਮ ਸਮਝ ਉੱਚ ਰਹੋ ਸੋਏ। ਅਸੀਂ ਕਿਵੇਂ ਸਮਝੀਏ, ਸਾਨੂੰ ਖੋਲ ਕੇ ਆਪਣੇ ਮੁਖਾਰ ਬਿੰਦ ਤੋਂ ਉਚਾਰਨ ਕਰਕੇ ਦੱਸੋ ਜਿਹੜਾ ਅਸਲ ਸਿਧਾਂਤ ਹੈ ਇਹਨਾਂ ਸ਼ਬਦਾਂ ਦਾ। ਸੁਣ ਸ੍ਰੀ ਅਰਜਨ ਵਾਕ ਉਚਾਰਾ। ਧੰਨ ਗੁਰੂ ਅਰਜਨ ਦੇਵ ਜੀ ਨੇ ਮੁਖਾਰ ਬਿੰਦ ਤੋਂ ਇਹ ਬਚਨ ਉਦੋਂ ਉਚਾਰਨ ਕੀਤੇ ਇਹਨਾਂ ਸਿੱਖਾਂ ਨੂੰ ਸਮਝਾਉਣ ਵਾਸਤੇ। ਨਿਰਗੁਣ ਸਰਗੁਣ ਦੁਵੈ ਪੱਖ ਧਾਰਾ। ਕਹਿੰਦੇ ਭਾਈ ਇੱਕ ਨਿਰਗੁਣ ਹੈ,
ਨਿਰਗੁਣ ਜਿਹਦਾ ਆਕਾਰ ਨਹੀਂ ਕੋਈ ਹੈ, ਜ਼ਰੂਰ ਹੈ ਉਹ, ਜੇ ਪਰਮਾਤਮਾ ਹੈ ਤਾਂ ਹੀ ਉਹਦਾ ਨਾਮ ਜਪਦੇ ਹਾਂ, ਜੇ ਰੱਬ ਹੈ ਤਾਂ ਹੀ ਉਹਦੀ ਸ਼ਕਤੀ ਅੱਗੇ ਗੋਡੇ ਟੇਕਦੇ ਹਾਂ ਆਪਾਂ। ਨਿਰਗੁਣ ਦਾ ਮਤਲਬ ਇਹ ਨਹੀਂ ਹੁੰਦਾ ਕਿ ਨਿਰਗੁਣ ਹੈ ਹੀ ਨਹੀਂ, ਕਈ ਵਾਰੀ ਗਲਤ ਵਿਆਖਿਆ ਕਰ ਜਾਂਦੇ ਸਾਡੇ ਵਿਦਵਾਨ। ਨਿਰਗੁਣ ਦਾ ਮਤਲਬ ਹੁੰਦਾ ਮਾਇਕੀ ਆਕਾਰਾਂ ਤੋਂ ਰਹਿਤ, ਸਾਡੇ ਵਰਗੇ ਸਰੀਰ ਦੇ ਆਕਾਰ ਨਹੀਂ ਉਸਦੇ, ਉਸਦੇ ਅੰਗ ਪ੍ਰਤੰਗ ਨਹੀਂ, ਰੂਪ ਨਾ ਰੰਗ ਨਾ ਰੇਖ ਕੇ ਚਿਤ੍ਰਿਓ ਗੁਣ ਤੇ ਪ੍ਰਭਿੰਨ ਤਿਸੈ ਵਡਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ। ਜੇ ਉਹਦੀ ਹੋਂਦ ਨਹੀਂ ਸੀ ਤਾਂ ਭਗਤਾਂ ਨੂੰ ਫਿਰ ਉਹਨੇ ਦਰਸ਼ਨ ਕਿਉਂ ਦਿੱਤੇ? ਹੈ ਜ਼ਰੂਰ, ਪਰ ਮਾਇਕੀ ਆਕਾਰਾਂ ਤੋਂ ਰਹਿਤ ਹੈ, ਸਾਡੇ ਵਰਗਾ ਸਰੀਰ ਦਾ ਉਹਦਾ ਆਕਾਰ ਨਹੀਂ ਹੈ, ਇਸ ਕਰਕੇ ਉਸ ਨੂੰ ਨਿਰਗੁਣ ਕਿਹਾ ਜਾਂਦਾ ਹੈ। ਸਰਗੁਣ ਦੂਜਾ ਹੈ, ਜਿਵੇਂ ਆਪਾਂ ਸਰੀਰ ਧਾਰੇ ਹੈ, ਜਿਹੜਾ ਸਾਹਮਣੇ ਦਿਸੇ ਆਕਾਰ ਵਾਲਾ ਵਜੂਦ ਜਿਹੜਾ ਦਿਖਾਈ ਦਿੰਦਾ ਉਹਨੂੰ ਸਰਗੁਣ ਕਹਿ ਦਿੰਦੇ ਹੈ। ਇਹ ਦੋ ਪੱਖ ਹੈ। ਹੁਣ ਸਾਧ ਸੰਗਤ ਜੀ, ਸਰੀਰ ਤਾਂ ਬਣਾ ਲਿਆ, ਮੂਰਤੀ ਬੰਦੇ ਦੀ ਬਣਾ ਦਿੱਤੀ ਕਾਰੀਗਰ ਨੇ, ਪਰ ਜੇ ਮੂਰਤੀ ਵਿੱਚ ਸ਼ਕਤੀ ਨਹੀਂ ਨਾ ਪਾਈ ਤਾਂ ਉਹ ਮੂਰਤੀ ਤਾਂ ਜੜ ਹੈ, ਉਹ ਮੂਰਤੀ ਕੁਝ ਨਹੀਂ ਕਰ ਸਕਦੀ। ਸਾਡੇ ਸਰੀਰ ਘੜ ਦਿੱਤੇ ਰੱਬ ਨੇ, ਫਿਰ ਘੜ ਕੇ ਸਾਡੇ ਵਿੱਚ ਬੈਠ ਗਿਆ ਤਾਂ ਇਹ ਸਾਡੇ ਸਰੀਰ ਹਰਕਤ ਕਰਦੇ ਹੈ। ਉਹ ਫਿਰ ਬੈਠਾ ਜਿਹੜਾ, ਜਿਹੜੀ ਉਹਦੀ ਜੋਤ ਹੈ, ਸ਼ਕਤੀ ਆ, ਉਹ ਨਿਰਾਕਾਰ ਹੈ। ਸਮਝਣ ਦਾ ਯਤਨ ਕਰੇ। ਅਮੈਰੀਕਾ ਵਾਲਿਆਂ ਨੇ ਖੋਜ ਕੀਤੀ, ਮਿਹਨਤ ਕੀਤੀ ਕਿ ਬੰਦਾ ਜਦੋਂ ਮਰਦਾ ਇਹਦੇ ਅੰਦਰਲੀ ਜਿਹੜੀ ਸ਼ਕਤੀ ਆ ਉਹ ਕਿੱਥੇ ਜਾਂਦੀ ਹੈ, ਇਹਦਾ ਪਤਾ ਕਰੋ। ਉਹਨਾਂ ਨੇ ਬੜੀ ਮਿਹਨਤ ਕੀਤੀ, ਬੜੇ ਤਰੱਦਦ ਕੀਤੇ, ਕਈ ਬੰਦੇ ਮਰਨ ਲੱਗੇ, ਉਹਨਾਂ ਨੇ ਉਸ ਚੀਜ਼ ਨੂੰ ਕੈਦ ਕਰਨ ਵਿੱਚ ਯਤਨ ਕੀਤਾ। ਇੱਕ ਬੰਦਾ ਮਰਨ ਵਾਲਾ ਸੀ, ਉਹਨਾਂ ਨੇ ਬੜੀ ਮਿਹਨਤ ਨਾਲ ਸ਼ੀਸ਼ੇ ਦਾ ਇੱਕ ਬਕਸਾ ਬਣਾਇਆ, ਬੜਾ ਮਜ਼ਬੂਤ, ਅਤੇ ਸਾਧ ਸੰਗਤ ਜੀ ਉਹ ਬੰਦੇ ਨੂੰ ਵਿੱਚ ਲਟਾ ਕੇ ਬੰਦ ਕਰਤਾ ਚਾਰੇ ਪਾਸਿਓਂ, ਵੀ ਇਹ ਥੋੜ੍ਹੇ ਮਿੰਟਾਂ ਵਿੱਚ ਇਹਨੇ ਤੁਰ ਜਾਣਾ। ਜਦੋਂ ਬੰਦਾ ਮਰਿਆ, ਉਹ ਦੇਖਣਾ ਚਾਹੁੰਦੇ ਸੀ, ਉਹ ਸ਼ਕਤੀ ਨੂੰ ਕੈਦ ਕਰਨਾ ਚਾਹੁੰਦੇ ਸਨ। ਸਾਧ ਸੰਗਤ ਜੀ, ਇੱਕ ਪ੍ਰਕਾਸ਼ ਜਿਹਾ ਧੂੰਏ ਜੇ ਦੇ ਆਕਾਰ ਦਾ ਸਫੇਦ ਰੰਗ ਦਾ ਵਿੱਚੋਂ ਨਿਕਲਿਆ, ਸ਼ੀਸ਼ੇ ਦੀ ਤੇੜ ਫਟ ਗਈ ਵਿੱਚ ਦੀ, ਨਿਕਲ ਕੇ ਪਤਾ ਹੀ ਨਹੀਂ ਲੱਗਾ ਕਿੱਧਰ ਨੂੰ ਗਿਆ, ਅਲੋਪ ਹੀ ਹੋ ਗਿਆ, ਪਕੜ ਨਹੀਂ ਸਕੇ। ਤੁਸੀਂ ਹੋਰ ਦੇਖੋ, ਅਸਮਾਨੀ ਬਿਜਲੀ ਹੈ ਨਾ, ਸਾਰਿਆਂ ਨੂੰ ਚਮਕਦੀ ਦਿੰਦੀ ਹੈ। ਬਾਹਰਲੇ ਮੁਲਕਾਂ ਵਾਲਿਆਂ ਨੇ ਅਸਮਾਨੀ ਬਿਜਲੀ ਨੂੰ ਕੈਦ ਕਰਨ ਦੀ ਕੋਸ਼ਿਸ਼ ਕੀਤੀ ਕਿ ਅਸਮਾਨੀ ਬਿਜਲੀ ਦੇ ਵਿੱਚ ਇੰਨੀ ਪਾਵਰ ਹੈ, ਜੇ ਇਸ ਨੂੰ ਵਰਤੋਂ ਵਿੱਚ ਲਿਆਂਦਾ ਜਾਏ ਤਾਂ ਸਾਨੂੰ ਬਾਹਰੋਂ ਬਿਜਲੀ ਤਿਆਰ ਕਰਨ ਦੀ ਲੋੜ ਹੀ ਨਹੀਂ ਰਹੇਗੀ। ਪਰਮਾਤਮਾ ਦੀ ਵਸਤੂ ਨੂੰ ਕੈਦ ਕਰਨ ਦੀ ਕੋਸ਼ਿਸ਼ ਕੀਤੀ, ਬਹੁਤ ਵੱਡਾ ਪਾਵਰ ਹਾਊਸ ਬਣਾਇਆ। ਜਦੋਂ ਬਣਾ ਕੇ ਤਕਨੀਕ ਨਾਲ ਅਸਮਾਨ ਵਿੱਚ ਬਿਜਲੀ ਚਮਕੀ, ਉਸ ਨੂੰ ਕੈਦ ਕਰਨ ਲੱਗੇ ਨਾ, ਉਹ ਪਾਵਰ ਹਾਊਸ ਵਿੱਚ ਉਹਦਾ ਕਰੰਟ ਆ ਗਿਆ, ਮਿਹਨਤ ਕੀਤੀ ਹੋਈ ਦਾ। ਪਰ ਸਾਧ ਸੰਗਤ ਜੀ, ਸਕਿੰਟਾਂ ਵਿੱਚ ਹੀ ਸਾਰਾ ਪਾਵਰ ਹਾਊਸ ਅੜਾਤਾ ਉਹਨੇ। ਇਹ ਵਾਹਿਗੁਰੂ ਦੀਆਂ ਸ਼ਕਤੀਆਂ ਹਨ, ਇਹਨਾਂ ਨੂੰ ਬੰਦਾ ਨਹੀਂ ਕੈਦ ਕਰ ਸਕਦਾ।
ਮੂਰਤੀਆਂ ਘੜਤੀਆਂ ਰੱਬ ਨੇ ਪਰ ਨਿਰਾਕਾਰ ਨੇ ਆਪਣੀ ਜੋਤ ਵਿੱਚ ਪਾਈ ਹੋਈ ਹੈ, ਉਹ ਨਿਰਾਕਾਰ ਹੈ। ਸਰੀਰ ਸਾਕਾਰ ਹੈ, ਇਹ ਸਰਗੁਣ ਹੈ। ਇਸ ਕਰਕੇ ਜਿਹੜਾ ਦਿਖਾਈ ਨਹੀਂ ਦਿੰਦਾ ਹੈ, ਜ਼ਰੂਰ ਵਾਹਿਗੁਰੂ ਪਰਮੇਸ਼ੁਰ ਉਹਦੀ ਸੱਤਾ ਉਹਦੀ ਸ਼ਕਤੀ ਭਗਤਾਂ ਨੂੰ ਐਵੇਂ ਦਰਸ਼ਨ ਨਹੀਂ ਹੋਏ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਐਵੇਂ ਨਹੀਂ ਕਿਹਾ, ਦਰਸ਼ਨ ਪਿਆਸੀ ਦਿਨ ਸਰਾਕ ਚਿਤ ਬਵੰਦ ਨੀਤ ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗਮੀਤ। ਇਹ ਸ਼ਬਦ ਹਰਿਮੰਦਰ ਸਾਹਿਬ ਦੀ ਸੇਵਾ ਵੇਲੇ ਉਚਾਰਿਆ ਨਾ, ਜਦੋਂ ਵਾਹਿਗੁਰੂ ਜੀ ਪ੍ਰਤੱਖ ਆਏ, ਸੁਣ ਯਾਰ ਹਮਾਰੇ ਸੱਜਣ ਇੱਕ ਕਰੋ ਬੇਨੰਤੀ ਆ, ਤਿਸ ਮੋਹਨ ਲਾਲ ਪਿਆਰੇ ਹੋ ਫਿਰੋ ਖੁਜੰਤੀ ਆ, ਤਿਸ ਦਸ ਪਿਆਰੇ ਸਿਰ ਧਰੀ ਉਤਾਰੇ ਭੋਰੀ ਦਰਸ਼ਨ ਦੀਜੈ। ਇਹ ਸਾਰਾ ਸ਼ਬਦ ਉਚਾਰਿਆ। ਇਹ ਵਾਰਤਾਲਾਪ ਕਿਹਦੇ ਨਾਲ ਹੋਇਆ? ਗੁਰੂ ਅਰਜਨ ਦੇਵ ਜੀ ਦਾ। ਇਹ ਕਿਸੇ ਦੂਰ ਬੈਠੇ ਬੰਦੇ ਦਾ ਵਾਰਤਾਲਾਪ ਨਹੀਂ, ਇਹ ਅਕਾਲ ਪੁਰਖ ਜੀ ਦੇ ਸਨਮੁਖ ਬਚਨ ਬਲਾਸ ਹੋਏ ਮੇਰੇ ਸਤਿਗੁਰੂ ਦੇ। ਇਸ ਕਰਕੇ ਉਹ ਨਿਰਾਕਾਰ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਹੈ। ਉਹਦੀ ਸੱਤਾ ਤੁਹਾਡੇ ਵਿੱਚ ਮਾਤਾ ਦੇ ਗਰਭ ਵਿੱਚ ਹੀ ਆ ਜਾਂਦੀ ਹੈ। 3 ਮਹੀਨਿਆਂ 'ਚ ਸਰੀਰ ਦੀ ਸਾਰੀ ਬਣਤਰ ਲਗਭਗ ਅੰਗ ਬਣ ਜਾਂਦੇ ਹੈ, ਪਰ ਜਿੰਨਾ ਚਿਰ ਉਹ ਆਪਣੀ ਸ਼ਕਤੀ ਨਹੀਂ ਨਾ ਵਿੱਚ ਭੇਜਦਾ, ਆਪਣੀ ਸਮਰੱਥਾ, ਉਨਾ ਚਿਰ ਬੱਚੇ ਦੇ ਅੰਗ ਹਰਕਤ ਨਹੀਂ ਕਰਦੇ। ਜਦੋਂ ਉਹ ਸ਼ਕਤੀ ਅੰਦਰ ਪ੍ਰਵੇਸ਼ ਕਰ ਜਾਂਦੀ ਹੈ ਰੱਬ ਦੀ, ਫਿਰ ਸਰੀਰ ਦੇ ਅੰਗ ਹਰਕਤ ਕਰਨ ਲੱਗ ਜਾਂਦੇ। ਮਾਂ ਨੂੰ ਪਤਾ ਲੱਗ ਜਾਂਦਾ, ਮਾਂ ਕਹਿੰਦੀ ਬੱਚੇ ਵਿੱਚ ਜਾਨ ਆ ਗਈ ਹੈ, ਸਰੀਰ ਅੰਗ ਹਿੱਲਣ ਲੱਗ ਗਏ। ਸੋ ਸਾਧ ਸੰਗਤ ਜੀ, ਐਸਾ ਉਹ ਵਾਹਿਗੁਰੂ ਪਰ ਆਉਂਦਿਆਂ ਵੀ ਨਹੀਂ ਦਿਸਦਾ, ਜਾਣ ਲੱਗਿਆ ਵੀ ਨਹੀਂ ਦਿਸਦਾ। ਇਹ ਉਹਦਾ ਨਿਰਾਕਾਰ ਪੁਣਾ, ਇਹ ਨਿਰਗੁਣ ਹੈ। ਇਸ ਕਰਕੇ ਮਹਾਰਾਜ ਕਹਿੰਦੇ ਨਿਰਗੁਣ ਸਰਗੁਣ, ਇਹ ਦੋ ਪੱਖ ਇੱਥੇ ਧਾਰਨ ਕੀਤੇ ਹਨ। ਦੋਨੋਂ ਕੀ ਉਪਾਸਨਾ ਨਿਆਰੀ, ਦੋਨਾਂ ਦੀ ਉਪਾਸਨਾ ਵੀ ਵੱਖਰੀ ਹੈ। ਕੋਈ ਨਿਰਾਕਾਰ ਦੀ ਉਪਾਸਨਾ ਕਰਦਾ, ਕੋਈ ਸਰਗੁਣ ਦੀ ਕਰਦਾ, ਦੋਨਾਂ ਦੀ ਭਗਤੀ ਵੀ ਅੱਡ ਅੱਡ ਹੈ। ਕਿਨਹੋ ਧਰੀ ਨਜ਼ਰ ਦਾ ਮਝਾਰੀ, ਕਿਸੇ ਨੇ ਆਪਣੀ ਆਪਣੀ ਸ਼ਰਧਾ, ਆਪਣੀ ਆਪਣੀ ਨਿਸ਼ਚਾ, ਆਪਣੇ ਆਪਣੇ ਵਿਸ਼ਵਾਸ ਦੇ ਨਾਲ, ਕਿਸੇ ਨੇ ਕੋਈ ਭਗਤੀ, ਕਿਸੇ ਨੇ ਕੋਈ, ਕਿਸੇ ਨੇ ਨਿਰਗੁਣ ਦੀ ਭਗਤੀ ਆਪਣੇ ਹਿਰਦੇ ਵਿੱਚ ਧਾਰਨ ਕੀਤੀ ਹੈ, ਕਿਸੇ ਨੇ ਸਰਗੁਣ ਦੀ ਭਗਤੀ ਆਪਣੇ ਹਿਰਦੇ ਵਿੱਚ ਟਿਕਾਈ ਹੈ। ਜੈਸੇ ਸਾਗਰ ਜਾਏ ਨਿਹਾਰੇ, ਹੋਰ ਪ੍ਰਮਾਣ ਦਿੰਦੇ ਜਿਵੇਂ ਸਾਗਰ ਵਿੱਚ ਜਾ ਕੇ ਜਦੋਂ ਕੋਈ ਦੇਖਦਾ ਹੈ, ਜਿਸ ਤੇ ਉੱਠੇ ਤਰੰਗ ਹਜ਼ਾਰੇ, ਸਾਗਰ ਵਿੱਚੋਂ ਸਮੁੰਦਰ ਵਿੱਚੋਂ ਹਜ਼ਾਰਾਂ ਹੀ ਲਹਿਰਾਂ ਉੱਠਦੀਆਂ ਹਨ। ਨਦੀ ਜਾਏ ਕਰ ਜਬ ਨਿਹਾਰੀ, ਸਾਗਰ ਤੋਂ ਬਾਅਦ ਬੰਦਾ ਨਦੀ ਨੂੰ ਵੇਖਣ ਗਿਆ, ਜਾ ਕੇ ਨਦੀ ਦੇ ਕਿਨਾਰੇ ਗਿਆ, ਸੋਈ ਸਾਗਰ ਤਾਹੇ ਵਿਚਾਰੀ, ਜਦੋਂ ਦੇਖਿਆ ਨਦੀ ਦੇ ਕਿਨਾਰੇ ਜਾ ਕੇ, ਜਿਹੜਾ ਪਾਣੀ ਸਾਗਰ ਸਮੁੰਦਰ ਵਿੱਚ ਆ ਉਹੀ ਨਦੀ ਵਿੱਚ ਹੈ। ਪਾਣੀ ਦੀ ਤਾਂ ਇੱਕੋ ਹੀ ਹੋਂਦ ਹੈ ਨਾ, ਸਾਗਰ ਵਾਲਾ ਪਾਣੀ ਵੀ ਅਲੱਗ ਨਹੀਂ, ਨਦੀ ਵਾਲਾ ਵੀ ਅਲੱਗ ਨਹੀਂ, ਪਾਣੀ ਤਾਂ ਦੋਨੋਂ ਇੱਕੋ ਜਿਹੇ ਦੇਖੇ ਆ, ਲਹਿਰਾਂ ਵੀ ਇੱਕੋ ਜਿਹੀਆਂ ਉੱਠਦੀਆਂ ਹਨ। ਜਲ ਸਰੂਪ ਸਭ ਏਕ ਨਿਹਾਰਾ, ਜਲ ਦਾ ਸਰੂਪ ਦੋਨਾਂ ਵਿੱਚੋਂ ਇੱਕੋ ਹੀ ਨਜ਼ਰ ਆਇਆ, ਇੱਕੋ ਹੀ ਵੇਖਿਆ ਹੈ। ਤਿਮ ਸ਼੍ਰੀ ਪ੍ਰਭ ਕੇ ਗਨ ਅਵਤਾਰਾ, ਇਵੇਂ ਪ੍ਰਭੂ ਹੈ ਪਰਮੇਸ਼ਰ ਜਿਹੜਾ ਨਿਰਾਕਾਰ ਸਮੁੰਦਰ ਦੀ ਤਰ੍ਹਾਂ, ਜਿਹੜੇ ਗਨ ਅਵਤਾਰ ਉਹ ਨਦੀ ਦੀ ਤਰ੍ਹਾਂ, ਅਵਤਾਰ ਵੀ ਉਹਦਾ ਰੂਪ ਹਨ ਤੇ ਸਾਗਰ ਦੀ ਤਰ੍ਹਾਂ ਉਹ ਨਿਰਾਕਾਰ ਹੈ ਮੇਰਾ ਵਾਹਿਗੁਰੂ।
ਸਤ ਚਿਤ ਆਨੰਦ ਰੂਪ ਜੇ ਲਹਿਓ, ਉਹਨੂੰ ਕਹਿੰਦੇ ਸਤ ਚਿਤ ਆਨੰਦ। ਉਹ ਸਤ ਚਿਤ ਆਨੰਦ ਸਰੂਪ ਹੈ ਜਿਨ੍ਹਾਂ ਨੇ ਉਸ ਨੂੰ ਪ੍ਰਾਪਤ ਕਰ ਲਿਆ ਹੈ। ਸਭ ਕੋ ਸੱਤਾ ਦੇ ਸੋ ਰਹੇ, ਸਾਰਿਆਂ ਨੂੰ ਆਪਣੀ ਸੱਤਾ ਦੇ ਰਿਹਾ, ਪਾਲਦਾ ਹੈ ਤੇ ਸਾਰਿਆਂ ਦੀ ਪੋਖਣਾ ਕਰਦਾ ਹੈ। ਜੇ ਪੰਡਿਤ ਪਠ ਵਿਦਿਆ ਘਨੀ, ਜਿਨ੍ਹਾਂ ਨੇ ਬਹੁਤੀ ਵਿਦਿਆ ਪੜ੍ਹ ਕੇ ਵੱਡੇ ਵਿਦਵਾਨ ਪੰਡਿਤ ਬਣੇ ਹਨ। ਗਿਆਨ ਬਿਹੂਨੇ ਮੁਖ ਤੇ ਭਨੀ, ਉਹ ਗਿਆਨ ਤੋਂ ਖਾਲੀ ਹੈ ਪਰ ਮੁਖੋਂ ਉਹਨਾਂ ਨੇ ਵੱਖੋ ਵੱਖਰੇ ਪੱਖ ਉਚਾਰੇ ਐ। ਕਹਿੰਦੇ ਐ ਸਰਗੁਣ ਪੂਜਾ ਤਰਹ ਵਿਸ਼ੇਖ, ਉਹ ਸਰਗੁਣ ਦੀ ਪੂਜਾ ਨੂੰ ਵਿਸ਼ੇਸ਼ ਰੂਪ ਦੇ ਵਿੱਚ ਕਰਨ ਦਾ ਖਿਆਲ ਲੋਕਾਂ ਨੂੰ ਦਿੰਦੇ ਆ ਕਿ ਤੁਸੀਂ ਸਾਕਾਰ ਦੀ ਪੂਜਾ ਕਰੋ। ਮੈਂ ਸੌਖਾ ਕਹਿ ਦਿਆਂ, ਉਹ ਕਹਿੰਦੇ ਐ ਮੂਰਤੀ ਪੂਜਾ ਕਰੋ, ਅਵਤਾਰਾਂ ਦੀ ਪੂਜਾ ਕਰੋ, ਦੇਵੀ ਦੇਵਤਿਆਂ ਦੀ ਪੂਜਾ ਕਰੋ, ਤਸਵੀਰਾਂ ਦੀ ਪੂਜਾ ਕਰੋ। ਉਹ ਲੋਕ ਇਸ ਤਰ੍ਹਾਂ ਦਾ ਸਰਗੁਣ ਦੀ ਪੂਜਾ ਦਾ ਰਸਤਾ ਤੋਰਦੇ ਐ। ਸੰਤਨ ਸੰਗ ਕਮਾਵਤ ਦਵੈਖ, ਜਿਹੜੇ ਨਿਰਾਵਾਦੀ ਹੈ ਇਹੋ ਨਿਰਗੁਣਵਾਦੀ ਹੈ, ਸੰਤ ਹੈ ਉਹਨਾਂ ਨਾਲ ਉਹ ਦਵੈਸ਼ ਕਰਦੇ ਆ। ਇਹ ਬੜਾ ਸਾਧ ਸੰਗ ਜੀ ਝਗੜਾ ਤੁਹਾਨੂੰ ਨਹੀਂ, ਇਹ ਜਦੋਂ ਜਾ ਕੇ ਵਿੱਚ ਵਿਚਰੀਏ ਫਿਰ ਪਤਾ ਲੱਗਦਾ, ਬੜੀ ਅਚਰਜ ਖੇਡ ਹੈ। ਵੈਸ਼ਨਵ ਮਤ ਵਾਲੇ ਨਾ ਕਦੇ ਸ਼ੰਕਰ ਦੀ ਪੂਜਾ ਨਹੀਂ ਕਰਦੇ, ਉਹ ਕ੍ਰਿਸ਼ਨ ਜੀ ਦੀ ਪੂਜਾ ਕਰਨਗੇ, ਰਾਮ ਜੀ ਦੀ, ਵਿਸ਼ਨੂੰ ਜੀ ਦੀ, ਉਹ ਸ਼ਿਵ ਜੀ ਦੀ ਪੂਜਾ ਨਹੀਂ ਕਰਦੇ ਕਦੇ ਵਾਸਤੇ। ਔਰ ਸਾਧ ਸੰਗਤ ਜੀ ਉਹ ਕਦੇ ਸ਼ਿਵਲਿੰਗ ਉਸ ਪਾਸੇ ਦੀ ਨੇੜੇ ਦੀ ਵੀ ਨਹੀਂ ਲੰਘਣ ਦਿੰਦੇ, ਐਸਾ ਉਹਨਾਂ ਦੇ ਵਿੱਚ ਆਪਸ ਦੇ ਵਿੱਚ ਐਸਾ ਵਖਰੇਵਾਂ ਹੈ। ਔਰ ਜਿਹੜੇ ਸ਼ੰਕਰ ਜੀ ਦੀ ਪੂਜਾ ਕਰਨ ਵਾਲੇ ਹੈ ਉਹ ਇਹਨਾਂ ਦੀ ਨਹੀਂ ਕਰਦੇ, ਇਹਨਾਂ ਦੇ ਨੇੜੇ ਵੀ ਨਹੀਂ ਜਾਂਦੇ, ਐਸਾ ਆਪਸ ਦੇ ਵਿੱਚ ਇਹ ਵਿਰੋਧਾ ਭਾਵ ਹੈ ਇਹਨਾਂ ਦੇ ਅੰਦਰ। ਅੱਗੇ ਤੋਂ ਅੱਗੇ ਜਾ ਕੇ ਪਤਾ ਲੱਗਦਾ ਉਹ ਸੰਤਾਂ ਨਾਲ ਨਿਰਗੁਣਵਾਦੀਆਂ ਨਾਲ ਦਵੈਸ਼ ਕਮਾਉਂਦੇ ਹੈ। ਇਹ ਜਿਹੜੀ ਤੁਹਾਡੀ ਦਮਦਮੀ ਟਕਸਾਲ ਹੈ ਨਿਰਗੁਣਵਾਦੀ ਹੈ, ਇਹ ਨਿਰਗੁਣ ਦੇ ਉਪਾਸ਼ਕ ਹੈ। ਕੁਝ ਐਸੀਆਂ ਸਿੱਖ ਪੰਥ ਦੀਆਂ ਮਹਾਨ ਸੰਪਰਦਾਵਾਂ ਵੀ ਹਨ ਜਿਹੜੇ ਸਰਗੁਣ ਦੀ ਵੀ ਪੂਜਾ ਕਰਦੇ ਹੈ, ਪਰ ਸਾਨੂੰ ਕਿਸੇ ਦਾ ਵਿਰੋਧ ਨਹੀਂ ਕਰਨਾ ਚਾਹੀਦਾ, ਦਵੈਸ਼ ਵੀ ਨਹੀਂ ਕਰਨੀ ਚਾਹੀਦੀ। ਬੱਚਾ ਸਾਧ ਸੰਗਤ ਜੀ ਗਡੀਰੇ ਤੋਂ ਬਿਨਾਂ ਉਹਨੂੰ ਤੁਰਨਾ ਨਹੀਂ ਆਏਗਾ, ਉਹਨੂੰ ਆਸਰਾ ਚਾਹੀਦਾ ਕੋਈ ਨਾ ਕੋਈ। ਮੈਂ ਨਿਰਣਾ ਕਰ ਰਿਹਾ ਮਨ ਦਾ ਟਕਾ ਜਿਹੜਾ ਬਿਨਾਂ ਆਸਰੇ ਤੋਂ ਨਹੀਂ ਮਨ ਟਿਕਦਾ, ਮਨ ਨੂੰ ਕੋਈ ਸਾਹਮਣੇ ਵਜੂਦ ਚਾਹੀਦਾ ਜਿੱਥੇ ਮਨ ਨੂੰ ਟਿਕਾਉਣਾ। ਭਗਤੀ ਕਰੋਗੇ, ਨਾਮ ਜਪੋਗੇ, ਫਿਰ ਪਤਾ ਲੱਗਦਾ ਇਸ ਮਾਰਗ ਦੇ ਵਿੱਚ ਪੈਣ ਦਾ। ਗੱਲ ਕਰਨੀ ਅੱਜ ਦੇ ਤਰਕਵਾਦੀ ਵਿਦਵਾਨ ਗੱਲ ਨਿਰਗੁਣ ਦੀ ਕਰਦੇ ਆ, ਪਤਾ ਕੱਖ ਵੀ ਨਹੀਂ ਉਹਨਾਂ ਨੂੰ, ਤੇ ਐਵੇਂ ਨਿੰਦਿਆ ਦੇ ਚੱਕਰਾਂ ਵਿੱਚ ਪਏ ਰਹਿੰਦੇ ਆ, ਵਤੰਡਾਵਾਦ, ਬਿਨਾਂ ਮਤਲਬ ਤੋਂ ਹੀ ਰਗੜੇ ਝਗੜੇ ਪਾਏ ਹੋਏ ਉਹਨਾਂ ਲੋਕਾਂ ਨੇ। ਗੁਰੂ ਨਾਨਕ ਸਾਹਿਬ ਦਾ ਅਦਵੈਤ ਮਤ ਹੈ ਕਿਸੇ ਨਾਲ ਵੀ ਦਵੈਸ਼ ਨਹੀਂ ਕਰਨਾ, ਕਰੋ ਕੋਈ। ਗੁਰੂ ਨਾਨਕ ਸਾਹਿਬ ਦਸਾਂ ਪਾਤਸ਼ਾਹੀਆਂ ਨੂੰ ਪ੍ਰਤੱਖ ਜਾਣ ਕੇ ਸੇਵਾ ਕਰ ਰਿਹਾ, ਕੋਈ ਭਾਈ
ਨਿਰਾਕਾਰ ਸਰੂਪ ਪਰਮੇਸ਼ਰ ਦੇ ਧਿਆਨ ਵਿੱਚ ਸਿਮਰਨ ਦੇ ਵਿੱਚ ਉਹਦੀ ਯਾਦ ਵਿੱਚ ਬੈਠਾ ਹੈ, ਸਾਰੇ ਹੀ ਸਨਮਾਨ ਯੋਗ ਹਨ। ਇਸ ਕਰਕੇ ਮਨ ਨੂੰ ਕੋਈ ਨਾ ਕੋਈ ਧੇ ਚਾਹੀਦਾ ਤਾਂ ਉਹ ਟਿਕਦਾ। ਜਿਹੜੇ ਗੁਰਮੁਖ ਹੁੰਦੇ ਆ ਨਾ, ਜਿਨ੍ਹਾਂ ਦੀ ਅਵਸਥਾ ਉੱਚੀ ਹੁੰਦੀ ਹੈ, ਉਹ ਤਾਂ ਜਦੋਂ ਸਾਧ ਸੰਗਤ ਜੀ ਸਮਾਧੀ ਵਿੱਚ ਬੈਠ ਜਾਂਦੇ ਉਹਨਾਂ ਦਾ ਮਨ ਉਦੋਂ ਹੀ ਟਿਕ ਜਾਂਦਾ, ਹਰ ਇੱਕ ਦਾ ਨਹੀਂ ਟਿਕੇਗਾ। ਜੇ ਹੁਣ ਨਿਰਗੁਣਵਾਦੀ ਮਹਾਤਮਾ ਪਰਮੇਸ਼ਰ ਦੇ ਵਿੱਚ ਉਹਦਾ ਮਨ ਜੁੜਿਆ ਹੋਇਆ, ਨਿਰਾਕਾਰ ਦੀ ਉਪਾਸ਼ਨਾ ਕਰਦਾ, ਦੂਜਿਆਂ ਨੂੰ ਉਹਦੇ ਨਾਲ ਨਫ਼ਰਤ ਨਹੀਂ ਕਰਨੀ ਚਾਹੀਦੀ। ਜੇ ਕੋਈ ਸਰਗੁਣ ਦੀ ਉਪਾਸ਼ਨਾ ਕਰਦਾ ਤਾਂ ਭਾਈ ਨਿਰਗੁਣ ਵਾਲਿਆਂ ਨੂੰ ਨਹੀਂ ਉਹਦੇ ਨਾਲ ਨਫ਼ਰਤ ਕਰਨੀ ਚਾਹੀਦੀ। ਇਸ ਕਰਕੇ ਸਭ ਦਾ ਹੀ ਸਨਮਾਨ ਹੈ, ਕਰਦਾ ਹੀ ਤਾਂ ਹੈ ਨਾ ਕੋਈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਸੇਵਾ ਔਰ ਪੂਜਾ ਹੈ, ਨਿਰਗੁਣ ਦੀ ਵੀ ਹੈ, ਸਰਗੁਣ ਦੀ ਵੀ ਹੈ। ਹੁਣ ਜਦੋਂ ਆਪਾਂ ਗੁਰੂ ਸਾਹਿਬ ਦਾ ਪ੍ਰਕਾਸ਼ ਕਰਦੇ ਹਾਂ, ਸੁਖਾਸਨ ਕਰਦੇ ਹਾਂ, ਗਰਮੀ ਸਰਦੀ ਦੇ ਵਿੱਚ, ਗਰਮੀ ਵਿੱਚ ਠੰਡੇ ਸੂਖਮ ਰੁਮਾਲੇ ਸਤਿਗੁਰੂ ਜੀ ਦੇ ਅੰਗਾਂ ਨੂੰ ਲਾਈਦੇ ਆ, ਸਰਦੀ ਵਿੱਚ ਗਰਮ ਰੁਮਾਲੇ ਲਾਈਦੇ ਆ, ਇਹ ਸਰਗੁਣ ਦੀ ਪੂਜਾ। ਕੜਾਹ ਪ੍ਰਸ਼ਾਦ ਦੀ ਦੇਗ ਨੂੰ ਭੋਗ ਲਾਉਂਦੇ, ਸਰਗੁਣ ਦੀ ਪੂਜਾ। ਜਦੋਂ ਆਪਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦੇ ਹਾਂ, ਇਹ ਨਿਰਗੁਣ ਦੀ ਪੂਜਾ। ਤਾਂ ਹੀ ਗੁਰੂ ਘਰ ਦੀ ਇਹ ਵੱਡੀ ਮਹਾਨਤਾ, ਗੁਰੂ ਘਰ ਨੇ ਕਿਤੇ ਵੀ ਦੁਵੇਸ਼ ਨਹੀਂ ਪੈਦਾ ਕੀਤੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੂਜਾ ਨਿਰਗੁਣ ਸਰਗੁਣ ਦੋਨਾਂ ਦਾ ਸੁਮੇਲ ਹੈ। ਕਿਉਂ? ਕਲਗੀਆਂ ਵਾਲਿਆਂ ਨੇ ਕਹਿ ਦਿੱਤਾ ਆਪਣੇ ਮੁਖਾਰ ਬਿੰਦ ਤੋਂ, ਆਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨੀਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨੀਏ ਪ੍ਰਗਟ ਗੁਰਾਂ ਕੀ ਦੇਹ, ਦੇਹ ਨਾਮ ਸਰੀਰ ਦਾ। ਇਹ ਦਸ ਗੁਰਾਂ ਦੀ ਦੇਹ ਜਾਣ ਕੇ ਸੇਵਾ ਕਰਨੀ ਹੈ, ਉਹਨਾਂ ਦਾ ਰੂਪ, ਉਹਨਾਂ ਦਾ ਸਰੀਰ। ਇਸ ਕਰਕੇ ਜਿਹੜੀ ਸੇਵਾ ਪ੍ਰਕਾਸ਼ ਸੁਖਾਸਨ ਦੀ ਹੈ, ਬਾਕੀ ਸੇਵਾਵਾਂ ਇਹ ਸਾਰੀਆਂ ਸਰਗੁਣ ਦੀ ਸੇਵਾ। ਜਿਹੜੀ ਆਪਾਂ ਬਾਣੀ ਪੜ੍ਹਦੇ ਹਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ, ਇਹ ਨਿਰਾਕਾਰ ਦੀ ਉਪਾਸ਼ਨਾ, ਉਹਦੀ ਭਗਤੀ ਹੋ ਰਹੀ ਹੈ। ਇਹ ਦੋਨਾਂ ਦਾ ਸੁਮੇਲ ਹੈ। ਇਸ ਬਾਰੇ ਗਲਤ ਪ੍ਰਚਾਰ ਨਹੀਂ ਕਰਨਾ ਚਾਹੀਦਾ ਕਿ ਏਸੀ ਨਾ ਲਾਓ, ਪੱਖੇ ਨਾ ਲਾਓ, ਫਲਾਨਾ ਨਾ ਕਰੋ, ਧਿਮਕੜਾ ਨਾ ਕਰੋ। ਆਖੇ ਗੁਰੂ ਗ੍ਰੰਥ ਸਾਹਿਬ ਨੂੰ ਠੰਡ ਲੱਗਦੀ ਹੈ, ਉਹ ਤੁਹਾਨੂੰ ਠੰਡ ਲੱਗਦੀ ਹੈ, ਸਰੀਰਾਂ ਨੂੰ ਲੱਗਦੀ ਹੈ, ਸਰੀਰਾਂ ਨੂੰ ਭੁੱਖ ਪਿਆਸ ਲੱਗਦੀ ਹੈ। ਅਸੀਂ ਗੁਰੂ ਸਾਹਿਬ ਦੇ ਸਰੀਰ ਦੀ ਸੇਵਾ ਕਰ ਰਹੇ ਹਾਂ, ਸਰੀਰ ਧਾਰੀ ਲਈ ਸਭ ਕੁਝ ਹੈ। ਇਸ ਕਰਕੇ ਗੁਰੂ ਸਾਹਿਬ ਨੂੰ ਅਸੀਂ ਪ੍ਰਤੱਖ ਸਰੀਰ ਦਸ ਗੁਰਾਂ ਦੀ ਦੇਹ ਜਾਣ ਕੇ ਸੇਵਾ ਕਰ ਰਹੇ ਹਾਂ। ਨਿਰਾਕਾਰ ਦੀ ਸੇਵਾ ਦੇ ਵਿੱਚ ਜਿਹੜਾ ਪੱਖ ਹੈ ਉਹ ਅਸੀਂ ਬਾਣੀ ਪੜ੍ਹਨੀ ਹੈ, ਗੁਰਬਾਣੀ ਦੇ ਸ਼ਬਦ ਦੀ, ਨਾਮ ਦੀ ਕਮਾਈ ਕਰਨੀ, ਉਹ ਨਿਰਾਕਾਰ ਦੀ ਪੂਜਾ ਹੈ। ਇਸ ਕਰਕੇ ਬਹੁਤ ਖਿਆਲ ਰੱਖਣਾ ਚਾਹੀਦਾ। ਕਹਿੰਦੇ ਜਿਹੜੇ ਸਰਗੁਣਵਾਦੀ ਹੈ ਉਹ ਨਿਰਗੁਣਵਾਦੀ ਸੰਤਾਂ ਨਾਲ ਬਿਨਾਂ ਮਤਲਬ ਤੋਂ ਦਵੈਸ਼ ਈਰਖਾ ਕਰਦੇ ਹੈ। ਕਹਿਓ ਸ਼ਬਦ ਤਿਨ ਕੇ ਪਰਥਾਏ, ਕਹਿੰਦੇ ਸ਼ਬਦ ਉਹਨਾਂ ਦੇ ਪਰਥਾਏ ਹਨ। ਜਿਹੜਾ ਪਹਿਲਾਂ ਕਿਹਾ ਨਾ ਨਾਮਦੇਵ ਜੀ ਨੇ, ਪਾਂਡੇ ਤੁਮਰਾ ਰਾਮ ਚੰਦ ਸੋਫੀ ਆਵਤ ਦੇਖਿਆ ਥਾ, ਰਾਵਣ ਸੇਤੀ ਸਰਬਰ ਹੋਈ ਘਰ ਕੀ ਜੋਏ ਗਵਾਈ ਥੀ, ਇਹ ਸਰਗੁਣ ਦੇ ਅਵਤਾਰ ਬਾਬਤ ਹੈ। ਇਸ ਕਰਕੇ ਸ਼ਬਦ ਉਸ ਪ੍ਰਥਾਏ ਕਿਹਾ ਹੈ, ਭਾਵ ਸਰਗੁਣ ਦੀ ਪੂਜਾ ਨੂੰ। ਇੱਕ ਬੇਨਤੀ ਹੈ,
ਸਰਗੁਣ ਦੀ ਪੂਜਾ ਕਰਦਿਆਂ ਕਰਦਿਆਂ ਨਿਰਾਕਾਰ ਦੀ ਪੂਜਾ ਵਿੱਚ ਜਿੰਨਾ ਚਿਰ ਲੀਨ ਨਹੀਂ ਹੁੰਦਾ ਉਨਾ ਚਿਰ ਮੋਕਸ਼ ਨਹੀਂ ਹੈ, ਮੁਕਤੀ ਨਹੀਂ ਹੈ ਸੰਗਤ ਦੀ। ਮੁਕਤੀ ਨਿਰਾਕਾਰ ਦੀ ਸੇਵਾ ਵਿੱਚ ਹੀ, ਆਰਾਧਨਾ ਵਿੱਚ, ਉਪਾਸ਼ਨਾ ਵਿੱਚ ਹੈ। ਇਸ ਕਰਕੇ ਗੁਰੂ ਘਰ ਦਾ ਤਾਂ ਇਹ ਮਤ ਹੈ ਵੀ ਗੁਰੂ ਸਾਹਿਬ ਦੀ ਸੇਵਾ ਕਰਦਿਆਂ ਕਰਦਿਆਂ ਗੁਰੂ ਸਾਹਿਬ ਆਪੇ ਹੀ ਨਿਰਾਕਾਰ ਵਿੱਚ ਸਿੱਖ ਨੂੰ ਲੈ ਜਾਂਦੇ ਹੈ। ਇਸ ਕਰਕੇ ਸਾਨੂੰ ਗੁਰੂ ਸਾਹਿਬ ਦੇ ਚਰਨਾਂ ਦਾ ਧਿਆਨ ਹਰ ਸਮੇਂ ਬਾਣੀ ਪੜ੍ਹਦਿਆਂ ਨਾਮ ਜਪਦਿਆਂ ਰੱਖਣਾ ਚਾਹੀਦਾ ਮਨ ਵਿੱਚ। ਗੁਰੂ ਰਸਤਾ ਦਿਖਾਉਂਦੇ ਹੈ, ਗੁਰੂ ਮਾਰਗ ਦਿੰਦੇ ਹੈ। ਇਸ ਕਰਕੇ ਇਹ ਸਰਗੁਣ ਦੀ ਉਪਾਸ਼ਨਾ ਦੇ ਪ੍ਰਥਾਏ ਸ਼ਬਦ ਪਹਿਲਾਂ ਕਿਹਾ ਗਿਆ ਹੈ, ਸਗੁਣ ਨਿਗੁਣ ਜੇ ਪੱਖ ਬੰਧਾਏ, ਦੂਜਾ ਨਿਰਗੁਣ ਦੇ ਪ੍ਰਥਾਏ ਹੈ। ਇਸ ਕਰਕੇ ਸਰਗੁਣ ਨਿਰਗੁਣ ਦੇ ਜੋ ਦੋ ਪੱਖ ਬੰਨੇ ਹੋਏ ਹਨ, ਬਣੇ ਹੋਏ ਹਨ, ਧਰਮ ਸਰੀਰ ਧਰਨ ਕੋ ਇਹੀ, ਇਹ ਸਰੀਰਾਂ ਦਾ ਧਰਮ ਹੈ ਜਿਹੜਾ ਧਾਰਨ ਕੀਤਾ ਹੋਇਆ ਹੈ, ਇਹ ਸਰਗੁਣ ਹੈ, ਆਕਾਰ ਹੈ। ਦੁੱਖ ਸੁੱਖ ਪ੍ਰਾਪਤ ਹੋਣ ਅਸ਼ੇਹੀ, ਸਰੀਰਾਂ ਨੂੰ ਦੁੱਖ ਸੁੱਖ ਪ੍ਰਾਪਤ ਹੁੰਦੇ ਹੀ ਹੁੰਦੇ ਆ। ਸੰਗਤ ਜੀ, ਜੇ ਹੁਣ ਅਵਤਾਰਾਂ ਤੇ ਕਿੰਤੂ ਕਰੋਗੇ, ਦੇਹ ਧਾਰੀ ਜਿਹੜਾ ਸਰੀਰ ਹੈ ਨਾ, ਉਹਦੇ ਤੇ ਦੁੱਖ ਸੁੱਖ ਨੇ ਆਉਣਾ ਹੀ ਆਉਣਾ। ਜੇ ਹੁਣ ਆਪਾਂ ਕਹੋ ਵੀ ਗੁਰੂ ਅਰਜਨ ਦੇਵ ਜੀ ਸਰਬ ਕਲਾ ਸਮਰੱਥ ਸਨ, ਉਹਨਾਂ ਨੇ ਤੱਤੀਆਂ ਲੋਹਾਂ ਤੇ ਬੈਠੇ, ਤੱਤੇ ਰੇਤੇ ਸੀਸ ਵਿੱਚ ਪਵਾਏ, ਉਹਨਾਂ ਨੇ ਭਾਣਾ ਮੰਨਿਆ ਵਾਹਿਗੁਰੂ ਦੀ ਰਜਾ ਵਿੱਚ। ਇਸ ਕਰਕੇ ਜੇ ਅਵਤਾਰਾਂ ਤੇ ਵੀ ਕੋਈ ਕਸ਼ਟ ਆਇਆ, ਦੁੱਖ ਆਇਆ, ਇਹ ਤਾਂ ਸਰੀਰ ਦਾ ਧਰਮ ਹੈ ਨਾ। ਦੁੱਖ ਸੁੱਖ ਆਉਣਾ, ਕਸ਼ਟ ਆਉਣੇ, ਇਹ ਸਰੀਰਾਂ ਦਾ ਧਰਮ ਹੈ। ਇਸ ਕਰਕੇ ਤਨ ਧਾਰੀਆਂ ਦੇ ਉੱਤੇ ਇਹ ਸਰੀਰ ਦਾ ਧਰਮ ਹੈ, ਇਹ ਦੁੱਖ ਸੁੱਖ ਨੂੰ ਪ੍ਰਾਪਤ ਹੁੰਦਾ ਹੀ ਹੁੰਦਾ ਹੈ। ਗਿਆਨੀ ਤਨ ਕੋ ਝੂਠ ਲਖੰਤੇ, ਜਿਹੜੀ ਗਿਆਨਵਾਨ ਤਨ ਸਰੀਰ ਨੂੰ ਝੂਠਾ ਜਾਣਦੇ ਆ, ਨਿਰਾਕਾਰ ਦੀ ਉਪਾਸ਼ਨਾ ਕਰਨ ਵਾਲੇ, ਤੇ ਸਮ ਦੁੱਖ ਸੁੱਖ ਕੂਰ ਜਨੰਤੇ, ਉਵੇਂ ਉਹ ਦੁੱਖ ਤੇ ਸੁੱਖ ਨੂੰ ਝੂਠਾ ਜਾਣਦੇ, ਉਹ ਮੰਨਦੇ ਨਹੀਂ, ਇਸ ਤੋਂ ਰਹਿਤ ਹਨ। ਤੱਤਾ ਰੇਤਾ ਸੀਸ ਵਿੱਚ ਪਵਾ ਕੇ ਵੀ ਭਾਣਾ ਮੰਨ ਲਿਆ, ਦੁੱਖ ਨਹੀਂ ਮੰਨਿਆ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਣਾ, ਇਹ ਅਵਸਥਾ ਹੈ ਉਹਨਾਂ ਦੀ। ਇੱਕ ਉਪਾਸਕੀ ਲੱਖ ਕੇ ਹੋਏ, ਇੱਕ ਤਾਂ ਭਾਈ ਸ਼ੁੱਧ ਲੱਖ ਨਾਮ ਪਰਮਾਤਮਾ ਦੀ ਭਗਤੀ ਕਰਨ ਵਾਲੇ ਆ ਨਿਰਾਕਾਰ ਦੀ, ਵਾਚ ਉਪਾਸਕ ਲਖੀਅਤ ਕੋਏ, ਦੂਜੇ ਵੀ ਆਕਾਰਾਂ ਦੀ ਸਰਗੁਣ ਦੀ ਪੂਜਾ ਕਰਨ ਵਾਲੇ ਹਨ। ਜਿਨ੍ਹਾਂ ਲੱਖ ਕੀ ਕੀਨ ਉਪਾਸਨ, ਜਿਨ੍ਹਾਂ ਨੇ ਇੱਕ ਪਰਮਾਤਮਾ ਵਾਹਿਗੁਰੂ ਦੀ ਨਿਰਾਕਾਰ ਦੀ ਭਗਤੀ ਕੀਤੀ ਹੈ। ਇੱਕ ਸਮ ਸੱਤਾ ਸਭ ਮਹਿ ਭਾਸਨ, ਉਹਨਾਂ ਨੂੰ ਸਾਰਿਆਂ ਵਿੱਚ ਇੱਕੋ ਜੀ ਉਹਦੀ ਜੋਤ ਦਿਖਾਈ ਦਿੰਦੀ ਹੈ, ਪ੍ਰਤੀਤ ਹੁੰਦੀ ਹੈ, ਸਾਰਿਆਂ ਵਿੱਚ ਰੱਬ ਨੂੰ ਵੇਖਦੇ ਹੈ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ, ਐਸੀ ਦ੍ਰਿਸ਼ਟੀ ਉਹਨਾਂ ਨੂੰ ਪ੍ਰਾਪਤ ਹੋ ਗਈ। ਰਮਿਓ ਅਕਾਲ ਪੁਰਖ ਸਭ ਮਾਹੀ, ਉਹਨਾਂ ਨੂੰ ਕੀ ਦਿਖਾਈ ਦਿੰਦਾ ਕਿ ਸਾਰਿਆਂ ਵਿੱਚ ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਵਿਆਪਕ ਹੋਇਆ ਰਮਿਆ ਹੈ। ਸੋ ਕਿਹ ਸੰਗ ਵੈਰ ਧਰ ਨਾਹੀ, ਉਹ ਕਿਸੇ ਨਾਲ ਵੈਰ ਵਿਰੋਧ ਨਹੀਂ ਰੱਖਦੇ, ਸਾਰਿਆਂ ਵਿੱਚ ਉਸੇ ਦੀ ਜੋਤ ਨੂੰ ਦੇਖ
ਦੇਖਦੇ ਹਨ ਨਿਰਾਕਾਰ ਦੇ ਉਪਾਸ਼ਕ ਵਾਚ ਉਪਾਸ਼ਕ ਜੇ ਨਰ ਅਹੈ ਜਿਹੜੇ ਸਰਗੁਣ ਦੇ ਉਪਾਸ਼ਕ ਹੈ ਅਵਤਾਰਾਂ ਦੀ ਪੂਜਾ ਕਰਨ ਵਾਲੇ ਹਨ ਸਿਮਰੈ ਕ੍ਰਿਸ਼ਨ ਰਾਮ ਘਟ ਕਹੈ ਜਿਹੜੇ ਕ੍ਰਿਸ਼ਨ ਜੀ ਨੂੰ ਮੰਨਣ ਵਾਲੇ ਔਰ ਰਾਮ ਨੂੰ ਘਟ ਕਹਿੰਦੇ ਵੀ ਰਾਮ ਵਿੱਚ ਆਹ ਘਾਟ ਸੀ ਕ੍ਰਿਸ਼ਨ ਜੀ ਵੱਡੇ ਆ ਸੋਲਾਂ ਕਲਾ ਸੰਪੂਰਨ ਸਨ ਉਹ ਕ੍ਰਿਸ਼ਨ ਜੀ ਦੀ ਉਪਮਾ ਉੱਤੇ ਰੱਖਦੇ ਰਾਮ ਜੀ ਨੂੰ ਨੀਵਾਂ ਸਮਝਦੇ ਹੈ ਰਾਮ ਉਪਾਸਨ ਕਰਨ ਹਾਰੇ ਰਾਮ ਜੀ ਦੀ ਉਪਾਸਨਾ ਜਿਹੜੇ ਕਰਨ ਵਾਲੇ ਹਨ ਉਹਨਾਂ ਨੂੰ ਮੰਨਣ ਵਾਲੇ ਹੈ ਕ੍ਰਿਸ਼ਨ ਵਿਖੇ ਸੋ ਦੋਸ਼ ਉਚਾਰੇ ਕ੍ਰਿਸ਼ਨ ਜੀ ਵਿੱਚ ਬੜੇ ਦੋਸ਼ ਆਰੋਪਦੇ ਹੈ ਵੀ ਕ੍ਰਿਸ਼ਨ ਦੇ ਵਿੱਚ ਆਹ ਕਮੀ ਸੀ ਆਹ ਘਾਟ ਸੀ ਇੱਕ ਦੂਜੇ ਨੂੰ ਨੀਵਾਂ ਦਿਖਾਉਂਦੇ ਹਨ ਸਰਗੁਣ ਦੇ ਉਪਾਸ਼ਕ ਇਤ ਆਦਿਕ ਬਹੁ ਤਰਕ ਉਠਾਵੈ ਇੱਕ ਆਦਿਕ ਬਣੀਆਂ ਤਰਕਾਂ ਇੱਕ ਦੂਜੇ ਦੇ ਪ੍ਰਤੀ ਉਠਾਉਂਦੇ ਆ ਕਰਦੇ ਆਪਾਂ ਹੀ ਨਹੀਂ ਕਰਦੇ ਉਹ ਵੀ ਕਰਦੇ ਹੈ ਪਰ ਸਾਡੇ ਵਾਂਗੂ ਲੜਦੇ ਨਹੀਂ ਸਾਡੇ ਵਾਂਗੂ ਦਵੈਸ਼ ਈਰਖਾ ਨਹੀਂ ਕਰਦੇ ਫਿਰ ਮਿਲ ਕੇ ਇਕੱਠੇ ਬਹਿ ਕੇ ਉਸ ਵਿਚਾਰ ਨੂੰ ਨਿਰਣੇ ਪੂਰਵਕ ਹੱਲ ਕਰ ਲੈਂਦੇ ਅਸੀਂ ਤਾਂ ਸਤਸੰਗ ਜੀ ਐਸੀਆਂ ਦੀਵਾਰਾਂ ਖੜੀਆਂ ਕਰ ਲਈਆਂ ਕਿ ਇੱਕ ਦੂਜੇ ਨੂੰ ਸਿੱਖ ਦੇਖ ਕੇ ਰਾਜੀ ਨਹੀਂ ਇੰਨੀ ਨਫ਼ਰਤ ਪੈਦਾ ਕਰ ਲਈ ਆਪਸ ਵਿੱਚ ਸਿਧਾਂਤ ਦੀ ਸਮਝ ਹੀ ਨਹੀਂ ਹੈ ਸਾਨੂੰ ਸਿਧਾਂਤ ਤੋਂ ਹਰ ਇੱਕ ਵੱਡੇ ਤੋਂ ਵੱਡਾ ਪ੍ਰਚਾਰਕ ਆਖੀ ਜਾਂਦਾ ਮੇਰੇ ਨਾਲੋਂ ਵੱਡਾ ਕੋਈ ਸਿਧਾਂਤਵਾਦੀ ਨਹੀਂ ਬਾਕੀ ਤਾਂ ਸਭ ਕੀੜੇ ਮਕੌੜੇ ਹੈ ਇਸੇ ਈਰਖਾ ਨੇ ਸਾਨੂੰ ਮਾਰ ਲਿਆ ਹੈ ਲੱਖ ਰੂਪ ਕੋ ਭੇਦ ਨਾ ਪਾਵੈ ਜਿਹੜੇ ਭਾਈ ਲੱਖ ਵਿਆਪਕ ਸਰੂਪ ਪਰਮੇਸ਼ਰ ਹੈ ਉਸ ਦਾ ਕੋਈ ਭੇਤ ਨਹੀਂ ਪਾ ਸਕਦਾ ਹੈ ਐਸਾ ਜੋ ਪਰਮਾਤਮਾ ਉਹ ਬੇਅੰਤ ਬੇਅੰਤ ਹੈ ਜਾਂ ਤੇ ਲੱਖ ਉਪਾਸਕ ਬਨਹੋ ਹਰ ਕਹਿੰਦੇ ਭਾਈ ਇਸ ਕਰਕੇ ਨਿਰਾਕਾਰ ਪਰਮਾਤਮਾ ਦੀ ਉਪਾਸ਼ਨਾ ਕਰੋ ਅਖੀਰ ਤੇ ਨਿਰਣਾ ਦੇਤਾ ਮੇਰੇ ਸਤਿਗੁਰੂ ਨੇ ਇਸ ਕਰਕੇ ਕਹਿੰਦੇ ਇੱਕ ਵਾਹਿਗੁਰੂ ਪਰਮੇਸ਼ਰ ਦੀ ਭਗਤੀ ਕਰੋ ਅਕਾਲ ਪੁਰਖ ਦੀ ਕਲਗੀ ਵਾਲੇ ਸਤਿਗੁਰੂ ਦੇ ਬਚਨ ਵੀ ਹਨ ਪੂਜਾ ਅਕਾਲ ਕੀ ਪਰਚਾ ਸ਼ਬਦ ਕਾ ਦੀਦਾਰ ਖਾਲਸੇ ਕਾ ਇਹ ਸਾਧਨ ਹੈ ਸੇਵਾ ਕਰਨੀ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਸੰਗਤ ਕਰਨੀ ਪ੍ਰਕਾਸ਼ ਸੁਖਾਸਨ ਦੀ ਸੇਵਾ ਬਾਣੀ ਪੜ੍ਹਨੀ ਇਹ ਸਾਧਨ ਹਨ ਇਹਨਾਂ ਬਿਨਾਂ ਮਨ ਨਹੀਂ ਟਿਕੇਗਾ ਇਹ ਨਿਸ਼ਕਾਮ ਕਰਮ ਕਰਨੇ ਪੈਣਗੇ ਜਦੋਂ ਹਿਰਦਾ ਸ਼ੁੱਧ ਹੋ ਗਿਆ ਫਿਰ ਨਿਰਾਕਾਰ ਦੀ ਉਪਾਸ਼ਨਾ ਵਿੱਚ ਮਨ ਸਕਿੰਟ ਵਿੱਚ ਜਾ ਕੇ ਜੁੜ ਜਾਂਦਾ ਪਹਿਲਾਂ ਨਹੀਂ ਜੁੜਦਾ ਪਹਿਲਾਂ ਨਹੀਂ ਮਨ ਲੱਗੇਗਾ ਫਿੱਕਾ ਮਨ ਮਨ ਦੇ ਉੱਤੇ ਅਸਰ ਹੋਰ ਤਰ੍ਹਾਂ ਦੇ ਪੈ ਜਾਂਦੇ ਰਸ ਨਹੀਂ ਆਉਂਦਾ ਆਨੰਦ ਨਹੀਂ ਆਉਂਦਾ ਬੰਦਾ ਕਹਿੰਦਾ ਕੁਝ ਵੀ ਨਹੀਂ ਹੈ ਕਿਉਂਕਿ ਮਨ ਸ਼ੁੱਧ ਨਹੀਂ ਨਾ ਕੀਤਾ ਅਜੇ ਸੇਵਾ ਤੋਂ ਬਿਨਾਂ ਨਿਸ਼ਕਾਮ ਕਰਮਾਂ ਤੋਂ ਬਿਨਾਂ ਹਿਰਦਾ ਸ਼ੁੱਧ ਨਹੀਂ ਹੋਏਗਾ ਕਦੇ ਵੀ ਇਸ ਕਰਕੇ ਭਾਈ ਮਹਾਰਾਜ ਕਹਿੰਦੇ ਅਖੀਰ ਤਾਂ ਪਰਮੇਸ਼ਰ ਦੀ ਉਪਾਸ਼ਨਾ ਕਰਨੀ ਹੈ ਉਹਦੇ ਵਿੱਚ ਚਿੱਤ ਨੂੰ ਜੋੜਨਾ ਹੈ ਹੋਏ ਨਿਰਵੈਰ ਵਿਕਾਰਨ ਹਨਹੋ ਨਿਰਵੈਰ ਹੋ ਜਾਏਗਾ ਮਨ ਤੁਹਾਡਾ ਵਿਕਾਰ ਨਾਸ ਹੋ ਜਾਣਗੇ ਮੂਲ ਮੰਤਰ ਦੀ ਉਪਾਸ਼ਨਾ ਅਕਾਲ ਦੀ ਉਪਾਸ਼ਨਾ ਮੂਲ ਮੰਤਰ ਦਾ ਜਾਪ ਕਰਦਿਆਂ ਕਰਦਿਆਂ ਸਿੱਖ ਦਾ ਹਿਰਦਾ ਨਿਰਵੈਰ ਹੋ ਜਾਏਗਾ ਨਿਰਭਉ ਹੋ ਜਾਏਗਾ ਜੂਨਾਂ ਤੋਂ ਰਹਿਤ ਹੋ ਜਾਏਗਾ ਮੁਕਤ ਹੋ ਜਾਏਗਾ ਇਸ ਕਰਕੇ ਵਿਕਾਰਾਂ ਦਾ ਨਾਸ ਕਰੋ ਨਿਰਵੈਰਤਾ ਨੂੰ ਪ੍ਰਾਪਤ ਕਰੋ
ਅਕਾਲ ਪੁਰਖ ਦੀ ਉਪਾਸ਼ਨਾ ਕਰੋ। ਮਹਾਰਾਜ ਕਹਿੰਦੇ ਸੁਣ ਸਤਿਗੁਰ ਤੇ ਸੰਸਾ ਖੋਏ। ਸਤਿਗੁਰਾਂ ਤੋਂ ਇਹ ਬਚਨ ਸੁਣ ਕੇ ਸਾਰੇ ਸ਼ੰਕੇ ਇਹਨਾਂ ਦੇ ਮਿਟ ਗਏ, ਖੋ ਗਏ, ਖਤਮ ਹੋ ਗਏ ਹਨ। ਲਖਿਓ ਸਰੂਪ ਆਪਣੋ ਜੋਏ। ਜੋ ਪਰਮਾਤਮਾ ਵਾਹਿਗੁਰੂ ਨੂੰ ਜੁਦਾ ਕਰਕੇ ਮੰਨਦੇ ਸਨ, ਗੁਰੂ ਅਰਜਨ ਦੇਵ ਜੀ ਨੇ ਐਂ ਕਿਰਪਾ ਦਾ ਹੱਥ ਰੱਖ ਕੇ ਉਸ ਪਰਮਾਤਮਾ ਨੂੰ ਇਹਨਾਂ ਨੂੰ ਮਿਲਾ ਦਿੱਤਾ, ਵਾਹਿਗੁਰੂ ਦੇ ਵਿੱਚ ਇਹਨਾਂ ਦੀ ਸੁਰਤ ਜੋੜਤੀ। ਉਸੇ ਦਾ ਸਰੂਪ ਆਪਣੇ ਆਪ ਨੂੰ ਤੇ ਸਾਰਿਆਂ ਨੂੰ ਸਮਝਣ ਦੀ ਇਹ ਸੋਝੀ, ਇਹ ਗਿਆਨ ਤੇ ਗਿਆਨ ਉਹਨਾਂ ਨੂੰ ਪ੍ਰਾਪਤ ਹੋ ਗਿਆ। ਇਉਂ ਬ੍ਰਹਮ ਗਿਆਨ ਦੇ ਅਧਿਕਾਰੀ ਇਹ ਗੁਰੂ ਕੇ ਸਿੱਖ ਬਣੇ। ਹੁਣ ਸਮਾਂ ਅੱਗੇ ਜਾਣ ਦੀ ਆਗਿਆ ਨਹੀਂ ਦਿੰਦਾ, ਸਤਸੰਗ ਜੀ ਨਾਲੇ ਪ੍ਰਸੰਗ ਪੂਰਾ ਹੋ ਗਿਆ। ਇਸ ਕਰਕੇ ਆਪਾਂ ਕਾਹਨੂੰ ਝਗੜਿਆਂ ਦੇ ਵਿੱਚ ਪੈਣਾ ਵੀ ਉਹ ਸਰਗੁਣ ਦੀ ਉਪਾਸ਼ਨਾ ਕਿਉਂ ਕਰਦੇ ਆ ਜੀ, ਉਹ ਕਿਉਂ ਨਹੀਂ ਦੂਜੀ ਕਰਦੇ। ਖਾਲਸਾ ਦਾ ਅਕਾਲ ਦਾ ਉਪਾਸ਼ਕ ਹੈ, ਸਾਰੇ ਸਾਡੇ ਭਰਾ ਹਨ। ਇਸ ਕਰਕੇ ਸਾਧ ਸੰਗਤ ਜੀ ਇੱਕ ਦੂਜੇ ਨਾਲ ਮਿਲ ਕੇ ਹੀ ਆਪਾਂ ਵੱਡੇ ਹੋਵਾਂਗੇ। ਸਾਰਿਆਂ ਦਾ ਹੀ ਸਨਮਾਨ ਕਰੋ, ਸਾਰਿਆਂ ਨਾਲ ਹੀ ਪ੍ਰੇਮ ਰੱਖੋ। ਔਰ ਸਾਧ ਸੰਗਤ ਜੀ ਅਖੀਰ ਤਾਂ ਸਰਗੁਣ ਦੀ ਵੀ ਜੇ ਕੋਈ ਗੁਰਮੁਖ ਕਰਦਾ ਭਗਤੀ, ਉਹ ਆਪੇ ਗੁਰੂ ਸਾਹਿਬ ਨੇ ਉਹਨੂੰ ਆਪਣੇ ਸਰੂਪ ਜੋ ਸਤ ਚਿੱਤ ਆਨੰਦ ਹੈ ਉਹਦੇ ਵਿੱਚ ਆਪੇ ਹੀ ਲੈ ਜਾਣਾ। ਇਹ ਜ਼ਿੰਮੇਵਾਰੀ ਸਾਡੀ ਨਹੀਂ, ਗੁਰੂ ਸਾਹਿਬ ਨੇ ਆਪੇ ਉਹਦੀ ਉਂਗਲੀ ਫੜ ਕੇ ਉਹਦੇ ਵਿੱਚ ਲੈ ਜਾਣਾ, ਅਭੇਦ ਕਰ ਦੇਣਾ, ਉਹਦੇ ਚਰਨਾਂ ਨਾਲ ਜੋੜ ਦੇਣਾ। ਕਰੋ ਜਿੰਨੀ ਵੀ ਹੋ ਸਕਦੀ ਹੈ। ਹਾਂ, ਜਿਹੜਾ ਨਿਰਗੁਣ ਦਾ ਉਪਾਸ਼ਕ ਹੈ ਉਹਦੇ ਅੰਦਰੋਂ ਇਹ ਸਾਰੀਆਂ ਚੀਜ਼ਾਂ ਦੂਰ ਹੋ ਜਾਂਦੀਆਂ, ਅਗਿਆਨਤਾ ਵਾਲੀਆਂ, ਅਗਿਆਨ ਜਨ ਦੁੱਖ ਉਹਦੇ ਸਾਰੇ ਨਾਸ ਹੋ ਜਾਂਦੇ ਆ। ਉਹ ਅਦਵੈਤਵਾਦੀ ਬਣ ਜਾਂਦਾ ਹੈ, ਉਹ ਸਾਰਿਆਂ ਵਿੱਚ ਵਾਹਿਗੁਰੂ ਨੂੰ ਦੇਖਦਾ ਹੈ। ਤਾਂ ਹੀ ਦਸਵੇਂ ਪਾਤਸ਼ਾਹ ਜੀ ਨੇ ਕਿਹਾ, ਹਿੰਦੂ ਤੁਰਕ ਕੋ ਰਾਫ ਜੀ ਅਮਾਮ ਸਾਪੀ, ਮਾਨਸ ਕੀ ਜਾਤ ਸਭਾ ਇੱਕ ਹੈ ਪਹਿਚਾਨ। ਨਿਰਾਕਾਰ ਦੀ ਉਪਾਸ਼ਨਾ ਗੁਰੂ ਨਾਨਕ ਸਾਹਿਬ ਦ੍ਰਿੜ ਕਰਾ ਰਹੇ ਸਨ। ਮੁਸਲਮਾਨਾਂ ਨੇ ਵੀ ਉਹਨਾਂ ਨੂੰ ਡੰਡੌਤਾਂ ਕੀਤੀਆਂ, ਹਿੰਦੂਆਂ ਨੇ ਵੀ ਕੀਤੀਆਂ। ਇਸ ਕਰਕੇ ਐਸੀ ਉਪਾਸ਼ਨਾ ਸਤਿਗੁਰੂ ਜੀ ਨੇ ਸਾਨੂੰ ਪਰਮ ਪਿਤਾ ਅਕਾਲ ਪੁਰਖ ਦੀ ਇਹ ਸਾਨੂੰ ਦੱਸੀ ਹੈ, ਉਸ ਦੇ ਲੜ ਲਾਇਆ। ਸੁਭਾਵ ਸੰਗਤ ਜੀ ਹੁਣ ਸਮਾਂ ਨਹੀਂ ਅੱਗੇ ਜਾਣ ਦੀ ਆਗਿਆ ਦਿੰਦਾ, 1 ਜੂਨ ਤੋਂ ਲੈ ਕੇ 6 ਜੂਨ ਤੱਕ ਦਮਦਮੀ ਟਕਸਾਲ ਦੇ ਹੈੱਡਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਸ਼ਹੀਦੀ ਸਮਾਗਮਾਂ ਦੇ ਵਿੱਚ ਤੁਸੀਂ ਹੁੰਮ ਹਮਾ ਕੇ ਪਹੁੰਚਣਾ, ਹਾਜ਼ਰੀਆਂ ਭਰਨੀਆਂ ਹਨ। 6 ਜੂਨ ਨੂੰ ਸਾਰੇ ਨਗਰਾਂ ਦੀ ਸੰਗਤ ਨੇ ਸ਼ਹੀਦੀ ਸਮਾਗਮਾਂ ਦੇ ਵਿੱਚ ਪਹੁੰਚ ਕੇ ਦਰਸ਼ਨ ਵੀ ਕਰਨੇ ਹੈ, ਸ਼ਹੀਦਾਂ ਦੇ ਚਰਨਾਂ ਵਿੱਚ ਹਾਜ਼ਰੀ ਲਵਾਉਣੀ ਹੈ, ਹਰ ਤਰ੍ਹਾਂ ਦੀਆਂ ਸੇਵਾਵਾਂ ਵੀ ਲੱਕ ਬੰਨ ਕੇ ਕਰਨੀ। ਔਰ 20 ਤਰੀਕ ਨੂੰ ਦਿਨੇ 11 ਵਜੇ ਸਾਰੇ ਪੰਜਾਬ ਭਰ ਵਿੱਚੋਂ ਪਤਵੰਤੇ ਸਿੰਘਾਂ ਦੀ ਮੀਟਿੰਗ ਰੱਖੀ ਹੈ, ਉਹਦੇ ਵਿੱਚ ਵੀ ਸਾਰੇ ਮੁਖੀ ਮੁਖੀ ਸਿੰਘਾਂ ਨੇ ਪਹੁੰਚਣਾ ਅਤੇ ਸੇਵਾਵਾਂ ਲੈਣੀਆਂ। ਕੋਈ ਸੰਗਤ ਲਿਆਉਣ ਦੀ ਸੇਵਾ ਕਰੇ, ਕੋਈ ਲੰਗਰਾਂ ਦੀ, ਕੋਈ ਛਬੀਲਾਂ ਦੀ, ਜੈਸੀ ਵੀ ਕੋਈ ਸੇਵਾ ਆਪਾਂ ਸਾਰੇ ਕਰ ਸਕਦੇ ਹਾਂ ਸ਼ਹੀਦੀ ਸਮਾਗਮਾਂ ਵਿੱਚ, ਵੱਧ ਚੜ੍ਹ ਕੇ ਸੇਵਾ ਕਰੀਏ। ਸਾਰੇ ਨਗਰ ਦੀ, ਇਲਾਕੇ ਦੀ ਸੰਗਤ ਦਾ, ਨਗਰ ਦੀ ਪੰਚਾਇਤ ਦਾ, ਸਰਪੰਚ ਸਾਹਿਬ ਦਾ, ਪ੍ਰਬੰਧਕ ਕਮੇਟੀ ਦਾ, ਮੁੱਖ ਗ੍ਰੰਥੀ ਸਾਹਿਬ ਜੀ ਦਾ, ਸਭ ਦਾ ਹੀ ਬਹੁਤ ਬਹੁਤ ਧੰਨਵਾਦ। ਭੁੱਲਾਂ ਚੁੱਕਾਂ ਖਿਮਾ ਕਰਨੀਆਂ। ਅਰਦਾਸ ਹੋਏਗੀ ਸ਼੍ਰੀ ਮੁਖਵਾਕ ਤੋਂ ਉਪਰੰਤ ਪ੍ਰਿੰਸੀਪਲ ਸਰਦਾਰ ਗੁਰਦੀਪ ਸਿੰਘ ਦੀ,
ਕੁਝ ਬੇਨਤੀਆਂ ਤੁਹਾਨੂੰ ਅਗਲੇ ਸਮਾਗਮਾਂ ਦੀਆਂ ਕਰਨਗੇ, ਉਹ ਬੇਨਤੀਆਂ ਵੀ ਧਿਆਨ ਪੂਰਵਕ ਸੁਣਨੀਆਂ ਹਨ। ਔਰ ਸੱਚੇ ਪਾਤਸ਼ਾਹ ਜੀ ਦਾ ਜਦੋਂ ਸੁਖਾਸਨ ਹੋ ਗਿਆ, ਫਿਰ ਸਾਰਿਆਂ ਨੇ ਜਲ ਪਾਣੀ ਪ੍ਰਸ਼ਾਦਾ ਜੋ ਪ੍ਰਬੰਧ ਕੀਤਾ ਹੋਵੇ ਛੱਕ ਕੇ ਫਿਰ ਘਰਾਂ ਨੂੰ ਜਾਣਾ। ਇਹ ਬੇਨਤੀ ਸਭ ਨੇ ਪ੍ਰਵਾਨ ਕਰਨੀ, ਭੁੱਲਾਂ ਚੁੱਕਾਂ ਖਿਮਾ ਕਰਨੀਆਂ। ਸੁਣ ਸਤਿਗੁਰ ਤੇ ਸੰਸੈ ਖੋਏ, ਲਖਿਓ ਸਰੂਪ ਆਪਣੋ ਜੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ